ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਮੌਜੂਦ ਨੇ। ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਭੱਟੀ ਸਾਹਿਬ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੱਟੀ ਸਾਹਿਬ। ਪੰਥਕ ਸਿਆਸਤ ਦਾ ਮੂੰਹ ਕਿਹੜੇ ਪਾਸੇ ਵੱਲ ਨੂੰ ਵੇਖੀਏ? ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਪੰਜਾਬ ਬਚਾਉਣ ਦੇ ਲਈ ਮੈਂ ਪੈਦਲ ਯਾਤਰਾ ਕਰਾਂਗਾ, ਲੋਕ ਸਭਾ ਹਲਕਿਆਂ ਦੇ ਵਿੱਚ ਜਾਣਗੇ, ਉਹ ਲੋਕਾਂ ਤੱਕ ਰਾਬਤਾ ਕਾਇਮ ਕਰਨਗੇ। ਪਰ ਦੂਜੇ ਬੰਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਸ ਤਰੀਕੇ ਦੀ ਉਹਨਾਂ ਨੇ ਹੁਣ ਆਪਣੀ ਮੀਟਿੰਗ ਕੀਤੀ, ਮੀਟਿੰਗ ਤੋਂ ਬਾਅਦ ਰਾਜੋਆਣਾ ਦੇ ਮਸਲੇ ਦੇ ਉੱਤੇ ਕਿਹਾ ਕਿ ਅਸੀਂ 27 ਤਰੀਕ ਤੱਕ ਦਾ ਸਮਾਂ ਜਥੇਦਾਰ ਸਾਹਿਬ ਨੇ ਸਾਨੂੰ ਦੇ ਦਿੱਤਾ, ਉਸ ਤੋਂ ਬਾਅਦ ਅਸੀਂ ਆਰ ਪਾਰ ਦੀ ਗੱਲ ਕਰਾਂਗੇ। ਖਾਸ ਗੱਲ ਇਹ ਰਹੀ ਕਿ ਪੰਥਕ ਸਿਆਸਤ 'ਚ ਜਿਹੜਾ ਜਥੇਦਾਰ ਕੌਂਕੇ ਸਾਹਿਬ ਦਾ ਮਸਲਾ ਆ, ਉਹ ਅਕਾਲੀ ਦਲ ਉਹਨੂੰ ਹੋਰ ਪਾਸੇ ਹੁਣ ਲੈ ਕੇ ਜਾ ਰਿਹਾ। ਉਹ ਜਾਂਚ ਰਿਪੋਰਟਾਂ ਦੀ ਪੜਤਾਲ ਕਰਕੇ ਕਹਿ ਰਹੇ ਨੇ ਕਿ ਇਹ ਤਾਂ ਕਿਸੇ ਸਿਰੇ ਲਾਉਣ ਵਾਲੀ ਗੱਲ ਤਾਂ ਹੈ ਹੀ ਨਹੀਂ ਇਹਦੇ ਵਿੱਚ। ਉਹ ਜਾਂਚ ਰਿਪੋਰਟ ਤੇ ਸਵਾਲ ਚੁੱਕ ਰਹੇ ਨੇ, ਸ਼੍ਰੋਮਣੀ ਕਮੇਟੀ ਵੀ ਜਾਂਚ ਰਿਪੋਰਟ ਨੂੰ ਲੈ ਕੇ ਜਿਹੜਾ ਅੱਗੇ ਦੀ ਅੱਗੇ ਜੋ ਸਵਾਲ ਲਗਾਤਾਰ ਮੀਡੀਆ ਦੇ ਜਾਂ ਲੋਕਾਂ ਦੇ ਵਿੱਚ ਉੱਠ ਰਹੇ ਨੇ ਉਹਨਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ। ਇਸ ਮਾਮਲੇ ਨੂੰ ਕਿਵੇਂ ਸਮਝਿਆ ਜਾਵੇ ਕਿ ਕੌਂਕੇ ਸਾਹਿਬ ਦੀ ਰਿਪੋਰਟ ਤੋਂ ਕਿਵੇਂ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸਰਕਾਰ ਦੀ ਤਾਂ ਗੱਲ ਬਾਅਦ ਵਿੱਚ ਆਏਗੀ ਨਾ ਕਿ ਸਰਕਾਰ ਇਹਦੇ ਉੱਤੇ ਕੋਈ ਕਮਿਸ਼ਨ ਬਿਠਾਉਂਦੀ ਹੈ ਜਾਂ ਨਹੀਂ ਬਿਠਾਉਂਦੀ, ਪਰ ਉਧਰੋਂ ਵੀ ਹਾਲੇ ਤੱਕ ਕੋਈ ਵੀ ਉਸ ਕਿਸਮ ਦੀ ਜਿਹੜੀ ਹੈ ਉਹ ਕਾਰਵਾਈ ਨਜ਼ਰ ਨਹੀਂ ਆ ਰਹੀ ਕਿ ਕੋਈ ਜੁਡੀਸ਼ੀਅਲ ਕਮਿਸ਼ਨ ਬਣਾਉਣ ਬਾਰੇ ਸਰਕਾਰ ਸੋਚ ਰਹੀ ਹੈ ਜਾਂ ਨਹੀਂ ਸੋਚ ਰਹੀ। ਦੇਖੋ ਸੁਖਵਿੰਦਰ ਜੀ, ਗੱਲ ਇਹ ਹੈ ਕਿ ਜਿਉਂ ਜਿਉਂ ਇਲੈਕਸ਼ਨ ਨੇੜੇ ਆਉਣੀ ਨਾ, ਉਹ ਸਾਰੇ ਮਸਲੇ ਜਿਹਨਾਂ ਦਾ ਥੋੜ੍ਹਾ ਬਹੁਤ ਕਹਿ ਲਓ ਕਿ ਵੋਟ ਇੰਪੈਕਟ ਹੈਗਾ, ਚਾਹੇ ਉਹ ਰਾਜੋਆਣਾ ਜੀ ਦਾ ਚਾਹੇ ਉਹ ਕੌਂਕੇ ਸਾਹਿਬ ਦਾ, ਉਹ ਉੱਠਣਗੇ ਅਤੇ ਅਕਾਲੀ ਦਲ ਨੂੰ ਘੇਰਨ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕੋਸ਼ਿਸ਼ ਕਰਨਗੇ। ਇਹਦੇ 'ਚ ਇਹ ਹੈ ਕਿ ਅਕਾਲੀ ਦਲ ਦਾ ਆਪਣਾ ਰੋਲ ਹੈ। ਦੇਖੋ 15 ਸਾਲ ਉਹਨਾਂ ਦਾ ਰਾਜ ਰਿਹਾ, ਉਦੋਂ ਉਹਨਾਂ ਨੇ ਇਹਨਾਂ ਏਜੰਡਿਆਂ ਨੂੰ ਵਸਾਰੀ ਰੱਖਿਆ। ਤੁਸੀਂ ਮਤਲਬ ਕੌਂਕੇ ਸਾਹਿਬ ਦੀ ਰਿਪੋਰਟ ਦਾ ਜ਼ਿਕਰ ਕੀਤਾ ਹੈ, ਉਹ ਜਿਹੜੀ ਬੀਪੀ ਤਿਵਾੜੀ ਦੀ ਰਿਪੋਰਟ ਹੈ ਅਸਲ ਦੇ ਵਿੱਚ, ਉਹ ਜੇ ਤੁਸੀਂ ਰਿਪੋਰਟ ਨੂੰ ਚੰਗੀ ਤਰ੍ਹਾਂ ਪੜ੍ਹੋ ਤਾਂ ਉਹ ਰਿਪੋਰਟ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੈ, ਉਹ ਐਕਸ਼ਨੇਬਲ ਰਿਪੋਰਟ ਨਹੀਂ ਹੈ ਸੱਚ। ਉਹਦੇ 'ਚ ਜਿੰਨੇ ਵੀ ਗਵਾਹ ਐਗਜ਼ਾਮਿਨ ਕਰੇ ਹਿਊਮਨ ਰਾਈਟਸ ਵਾਲਿਆਂ ਨੇ, ਉਹਨਾਂ ਨੂੰ ਹੀ ਉਹਨਾਂ ਨੇ ਰੀ ਐਗਜ਼ਾਮਿਨ ਕਰਿਆ ਅਤੇ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਮੁਕਰਾ ਕੇ ਝੁਠਲਾ ਕੇ ਇਹ ਕਿਹਾ ਕਿ ਕੌਂਕੇ ਸਾਹਿਬ ਨੂੰ ਘਰੋਂ ਤਾਂ ਪੁਲਿਸ ਲੈ ਗਈ ਸੀ 25 ਦਸੰਬਰ ਨੂੰ, ਪਰ 2 ਤਰੀਕ ਨੂੰ ਉਹਨੂੰ ਸਿੱਧਵਾਂ ਤੋਂ ਭਗੌੜਾ ਵੀ ਦਿਖਾ ਦਿੱਤਾ ਗਿਆ ਸੀ ਇੱਕ ਪਿੰਡ ਦੇ ਵਿੱਚ, ਇਨਕਾਊਂਟਰ ਦਾ ਵੀ ਜ਼ਿਕਰ ਹੈ, ਪਰ ਉਹ ਕਹਿੰਦੇ ਸਟੋਰੀ ਹੈ ਜਿਹੜੀ ਇਹ ਝੂਠੀ ਹੈ। ਪਰ ਇਹ ਵੀ ਕਿਤੇ ਪ੍ਰੂਵ ਨਹੀਂ ਹੁੰਦਾ ਕਿ ਉਹਨਾਂ ਨੂੰ ਪੁਲਿਸ ਨੇ ਮਾਰਿਆ ਜਾਂ ਖਪਾ ਦਿੱਤਾ। ਉਹ ਕਹਿੰਦੇ ਵੀ ਦੇਖੋ ਜਿਹੜੇ ਗਵਾਹ ਕਹਿ ਰਹੇ ਨੇ ਇਹ ਗੱਲ, ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ। ਇਸ ਕਰਕੇ ਜਿਹੜਾ ਕੰਕਲੂਜ਼ਨ ਹੈ ਰਿਪੋਰਟ ਦਾ ਤੁਸੀਂ ਪੜ੍ਹੋਗੇ ਤਾਂ ਉਹ ਕਹਿੰਦੇ ਜੀ ਇਹ ਐਡਮਿਨਿਸਟ੍ਰੇਟਿਵ ਮਿਸਕੰਡਕਟ ਤਾਂ ਹੈਗਾ, ਕ੍ਰਿਮੀਨਲ ਮਿਸਕੰਡਕਟ ਨਹੀਂ ਹੈ। ਜਿਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਪੁਲਿਸ ਨੂੰ ਇੱਕ ਤਰੀਕੇ ਨਾਲ ਬਰੀ ਕਰਤਾ, ਪਰ ਨਾਲ ਜਿਹੜੀ ਉਹਨਾਂ ਨੇ ਗੱਲ ਲਿਖੀ ਕਿ ਇਹਦੀ ਕੇਸ ਦਰਜ ਕੀਤਾ ਜਾਵੇ ਅਤੇ ਫਰਦਰ ਤਫਤੀਸ਼ ਕੀਤੀ ਜਾਵੇ। ਇਹਦੇ ਲਈ ਦੋਸ਼ੀ ਹੈ ਸਰਕਾਰ ਕਿ ਉਹਨਾਂ ਨੇ ਨਾ ਤਾਂ ਕੇਸ ਦਰਜ ਕੀਤਾ ਨਾ ਹੀ ਫਰਦਰ ਤਫਤੀਸ਼ ਕੀਤੀ, ਹਾਲਾਂਕਿ ਅਕਾਲ ਤਖ਼ਤ ਦਾ ਜਥੇਦਾਰ ਸੀ ਉਹ ਗਾਇਬ ਹੋ ਗਿਆ ਸੀ, ਔਰ ਉਹਨੇ ਰਿਪੋਰਟ 'ਚ ਹੀ ਲਿਖਿਆ ਕਿ ਪੰਜਾਬ 'ਚ ਹਾਹਾਕਾਰ ਮੱਚੀ ਹੋਈ ਸੀ। ਪਰ ਇਹ ਤਿਵਾੜੀ ਸਾਹਿਬ ਨੇ ਵੀ ਉਹ ਹਾਹਾਕਾਰ ਵਾਲਾ ਮਸਲਾ ਨਹੀਂ ਲੱਭਣ ਦੀ ਕੋਸ਼ਿਸ਼ ਕਰੀ ਕਿ ਆਖਿਰ ਕੌਂਕੇ ਸਾਹਿਬ ਫਿਰ ਗਏ ਕਿੱਥੇ। ਜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ, ਘਰ ਉਹ ਪਹੁੰਚੇ ਨਹੀਂ, ਤੇ ਉਹ ਕਹਿੰਦੇ ਜੀ ਉਹਨਾਂ ਨੂੰ ਮਤਲਬ 30 ਸਾਲਾਂ ਦਾ ਵੀ ਉਹਨਾਂ ਨੇ ਲਿਖਿਆ ਜਿਹੜੀ ਰਿਪੋਰਟ ਦਿੱਤੀ ਕਿ 30 ਸਾਲਾਂ ਤੋਂ ਉਹਨਾਂ ਨੂੰ ਭਗੌੜਾ ਹੀ ਕਰਾਰ ਕਰਿਆ ਹੋਇਆ। ਮਤਲਬ ਇਨਕੁਆਇਰੀ ਉਹਨਾਂ ਨੂੰ ਇਹ ਕਰਨੀ ਚਾਹੀਦੀ ਸੀ ਕਿ ਉੱਥੋਂ ਫਿਰ ਬਣਿਆ ਕੀ। ਪਰ ਜਿਹੜੇ ਬੰਦਿਆਂ ਦਾ ਜ਼ਿਕਰ ਆਇਆ, ਚਲੋ ਝੂਠਾ ਹੀ ਗਵਾਹ ਸਹੀ ਜਿਹਨੇ ਕਿਹਾ ਕਿ ਮੇਰੇ ਸਾਹਮਣੇ ਗੋਲੀ ਮਾਰੀ ਹੈ,
ਜਿਨ੍ਹਾਂ ਨੇ ਗੋਲੀ ਮਾਰਨ ਦਾ ਉਹਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਐਗਜ਼ਾਮਿਨ ਕੀਤਾ ਉਹਨੇ, ਬੀਪੀ ਤਿਵਾੜੀ ਨੇ, ਉਹਨੇ ਨਹੀਂ ਕੀਤਾ। ਸੋ ਉਹਨੇ ਕੀ ਕਰਿਆ ਕਿ KPS ਗਿੱਲ ਦਾ ਟਾਈਮ ਸੀ ਜੀ, ਇਸ ਤਰ੍ਹਾਂ ਸੀ ਥੱਲਿਓਂ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਸੀ, 28 ਬੰਦਿਆਂ ਨੂੰ ਮਤਲਬ ਬਾਈਪਾਸ ਕਰਕੇ ਇੱਕ ਹੌਲਦਾਰ ਬਣਾ ਦਿੱਤਾ ਗਿਆ ਸੀ, ਜੇ ਸੀ ਵੋ ਸੀ, ਇੱਧਰ ਉੱਧਰ ਦੀਆਂ ਮਾਰ ਕੇ, ਪਰ ਉਹ 'ਚ ਕੰਕਰੀਟ ਗੱਲ ਕੋਈ ਨਹੀਂ। ਜੇ ਕੋਈ ਐਕਸ਼ਨ ਲੈਣਾ ਚਾਹੇ ਉਹ ਕੋਰਟ ਦੇ ਵਿੱਚ 2 ਮਿੰਟ ਵੀ ਨਹੀਂ ਖੜੂਗਾ। ਅਕਾਲੀ ਦਲ ਉਸ ਗੱਲ ਦਾ ਫਾਇਦਾ ਉਠਾ ਰਿਹਾ ਕਿ ਉਹ ਰਿਪੋਰਟ ਹੈ ਜਿਹੜੀ ਸਬਸਟੈਂਸ਼ੀਅਲ ਨਹੀਂ ਹੈ, ਐਕਸ਼ਨੇਬਲ ਨਹੀਂ ਹੈ। ਪਰ ਉਹਨੇ ਨਾਲੇ ਗੱਲ ਕਰੀ, ਉਹਨੇ ਉਸ ਪੁਲਿਸ ਦੀ ਜਿਹੜੀ ਕਹਾਣੀ ਸੀ ਉਹ 'ਤੇ ਸ਼ੰਕੇ ਖੜੇ ਕਰੇ, ਪਰ ਨਾਲ ਕਿਹਾ ਕਿ ਹੋਰ ਤਫਤੀਸ਼ ਕਰੋ ਅਤੇ ਕੇਸ ਦਰਜ ਕਰੋ। ਇਹ ਅਕਾਲੀਆਂ ਨੇ ਇਹ ਨਹੀਂ ਕੀਤਾ। ਐਡਾ ਮੇਜਰ ਸ਼ਖਸੀਅਤ ਸੀ, ਐਡਾ ਵੱਡਾ ਇਹ ਇਨਕਾਊਂਟਰ ਸੀ, ਔਰ ਹੋਰ ਬਹੁਤ ਸਾਰੇ ਸੀ। ਉਹ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਸਾਡੀਆਂ ਪਾਰਟੀਆਂ ਨੇ, ਚਾਹੇ ਉਹ ਪੰਥਕ ਏਜੰਡਾ ਹੋਵੇ, ਚਾਹੇ ਉਹ ਕਾਂਗਰਸੀ ਏਜੰਡਾ ਹੋਵੇ, ਚਾਹੇ ਆਮ ਆਦਮੀ ਦਾ ਹੋਵੇ, ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਹੋਰ ਹੁੰਦੇ ਨੇ, ਸੱਤਾ ਚੋਣ ਤੋਂ ਬਾਅਦ ਜਿਹੜੀ ਸ਼ਕਲ ਹੈ, ਅਕਲ ਹੈ, ਕਰਮ ਨੇ, ਉਹ ਹੋਰ ਹੁੰਦੇ ਨੇ। ਸੋ ਇਸ ਕਰਕੇ ਉਦੋਂ ਉਹਨਾਂ ਨੇ ਵਾਅਦਾ ਕਰਿਆ ਸੀ ਕਿ ਅਸੀਂ ਕਮਿਸ਼ਨ ਬਣਾਵਾਂਗੇ, ਟਰੁੱਥ ਕਮਿਸ਼ਨ ਬਣਾਵਾਂਗੇ, ਜਿੰਨੇ ਮੁਕਾਬਲਿਆਂ 'ਚ ਮਾਰੇ ਗਏ ਨੇ ਜਾਂ ਜੋ ਵੀ ਕਤਲੋਗਾਰਤ ਹੋਈ ਹੈ 80ਵਿਆਂ ਤੋਂ ਬਾਅਦ, ਅਸੀਂ ਉਹਦੀ ਇਨਕੁਆਇਰੀ ਕਰਾਂਗੇ, ਉਹ ਨਹੀਂ ਕੀਤਾ ਗਿਆ। ਬਾਦਲ ਸਾਹਿਬ ਕਹਿੰਦੇ ਕਹਿੰਦੇ ਜੀ ਹੁਣ ਪੁਰਾਣੇ ਜ਼ਖਮ ਕਿਉਂ ਛੇੜਨੇ ਨੇ, ਪਰ ਜਿਹੜੇ ਅਫਸਰ ਸ਼ਾਮਿਲ ਸੀ ਉਹਨਾਂ ਕੰਮਾਂ ਦੇ ਵਿੱਚ, ਉਹਨਾਂ ਨੂੰ ਬਦਸਤੂਰ ਉੱਚੇ ਅਹੁਦੇ ਮਿਲਦੇ ਰਹੇ ਅਤੇ ਉਹ ਆਪਣਾ ਜੋ ਰੰਗ ਭਾਗ ਲਾਉਂਦੇ ਸੀ ਉਹ ਲਾਉਂਦੇ ਰਹੇ ਅਸਲ ਦੇ ਵਿੱਚ। ਸੋ ਇਹ ਹੈ ਅਸਲ ਦੇ ਸੱਚਾਈ। ਅੱਜ ਵੀ ਪੰਜਾਬ ਦੇ ਜਿਹੜੇ ਜ਼ਖਮ ਨੇ ਉਹ ਓਨੇ ਹੀ ਹਰੇ ਨੇ ਜਿਨ੍ਹਾਂ ਦੇ ਬੱਚੇ ਪੁਲਿਸ ਮੁਕਾਬਲਿਆਂ 'ਚ ਝੂਠੇ ਮਾਰੇ ਗਏ ਮਿਲੀਟੈਂਟ ਕਹਿ ਕੇ, ਉਹ ਵੀ ਉਹਨਾਂ ਦੇ ਵੀ ਹਰੇ ਨੇ ਜਿਹੜੇ ਮਿਲੀਟੈਂਟਾਂ ਨੇ, ਪੁਲਿਸ ਵਾਲਿਆਂ ਦੀਆਂ ਫੈਮਿਲੀਜ਼, ਜਿਹੜੇ ਹੋਰ ਬੰਦੇ ਟਾਊਟ ਕਹਿ ਕੇ ਮਨਿਓਰਟੀ ਕਮਿਊਨਿਟੀ ਦੇ ਮਾਰੇ। ਪਰ ਜਿਹੜੇ ਗਾਇਬ ਹੋਏ, ਜਿਹੜਾ 1988 ਦੇ ਵਿੱਚ ਮਤਲਬ ਜਿਹੜੀਆਂ ਲਾਸ਼ਾਂ ਲੱਭੀਆਂ ਉੱਥੇ ਮਤਲਬ ਬਲੈਕ ਥੰਡਰ ਦੇ ਦੌਰਾਨ, ਜਿਹਦੇ ਬਹੁਤ ਸਾਰੇ ਸਿੱਖ ਸੀ ਜਿਹੜੇ ਮਿਲੀਟੈਂਟਾਂ ਦੇ ਜ਼ੁਲਮ ਦਾ ਵੀ ਸ਼ਿਕਾਰ ਹੋਏ, ਉਹ ਵੀ ਉੱਥੇ ਹੀ ਖੜੇ ਨੇ ਜ਼ਖਮ। ਸੋ ਇਹ ਤਾਂ ਕੋਈ ਜੇ ਵੱਡਾ ਲੀਡਰ ਹੁੰਦਾ, ਕੋਈ ਟਰੁੱਥ ਕਮਿਸ਼ਨ ਬਣਦਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ, ਤਾਂ ਅਸੀਂ ਇਹਦੇ ਤੋਂ ਸਬਕ ਸਿੱਖ ਸਕਦੇ ਕਿ ਅਸੀਂ ਭਾਈ ਇਸ ਤਰ੍ਹਾਂ ਉਲਝ ਗਏ ਸੀ ਇੱਕ ਚੱਕਰ ਦੇ ਵਿੱਚ, ਸਰਕਾਰ ਨੇ, ਕੇਂਦਰ ਦੀ ਨੇ ਜਾਂ ਬਾਹਰਲੀਆਂ ਨੇ, ਕਿਸੇ ਨੇ ਵੀ ਉਲਝਾਏ, ਤਾਂ ਕਿ ਅੱਗੇ ਨੂੰ ਅਸੀਂ ਪੰਜਾਬੀ ਇਹਦਾ ਵਿਕਟਮ ਨਾ ਬਣੀਏ। ਚਾਹੀਦਾ ਤਾਂ ਇਹ ਸੀ, ਪਰ ਉਹ ਕਿਸੇ ਨੇ ਨਹੀਂ ਕਰਿਆ। ਪੋਲਿਟਿਕਸ ਉਹਦੇ 'ਤੇ ਹੋ ਰਹੀ ਹੈ ਬਹੁਤ ਸਾਰੀ। ਬਿਲਕੁਲ, ਪਰ ਭੱਟੀ ਸਾਹਿਬ ਜਿਵੇਂ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੂੰ ਡੈਂਟ ਪਾਉਣਾ ਸੀ, ਡੈਮੇਜ ਕਰਨਾ ਸੀਗਾ, ਤੇ ਜੋ ਰਿਪੋਰਟ ਤੋਂ ਹੁਣ ਅੱਗੇ ਕਮਿਸ਼ਨ ਬਣੇ ਨਾ ਬਣੇ, ਪਰ ਜਿਹੜੀ ਸੱਟ ਵੱਜਣੀ ਸੀ ਉਹ ਅਕਾਲੀ ਦਲ ਨੂੰ ਵੱਜ ਚੁੱਕੀ ਹੈ। ਉਹ ਭਾਵੇਂ ਆਪਣੇ ਵੱਲੋਂ ਜਿਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਮੀਡੀਆ ਦੇ ਵਿੱਚ ਆ ਕੇ ਜਿਵੇਂ ਮਰਜ਼ੀ ਇਹਦੇ ਉੱਤੇ ਹੁਣ ਸਫਾਈਆਂ ਦੇਣ ਜਾਂ ਜੋ ਕੁਛ ਮਰਜ਼ੀ ਕਹਿਣ, ਉਧਰੋਂ ਜਿਵੇਂ ਸ਼੍ਰੋਮਣੀ ਕਮੇਟੀ ਲੱਗੀ ਉਹ ਕਹਿੰਦੇ ਕਿ ਹਿਊਮਨ ਰਾਈਟ ਐਕਟਿਵਿਸਟ ਉਸ ਵੇਲੇ ਕਿੱਥੇ ਸੀ। ਫਿਰ ਇੱਕ ਹੋਰ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਉਦੋਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਕੋਲੇ ਰਿਪੋਰਟ ਆਈ ਸੀ, ਉਹਨਾਂ ਨੇ ਕਿਉਂ ਨੀ ਨਸ਼ਰ ਕੀਤੀ। ਇਸ ਤਰੀਕੇ ਦੇ ਨਾਲ ਇਹ ਸਿੱਧਾ ਸਿੱਧਾ ਇੱਦਾਂ ਲੱਗਦਾ ਹੈ ਕਿ ਇਹ ਸਿੱਧੇ ਤੌਰ ਦੇ ਉੱਤੇ ਸਿਰਫ ਅਕਾਲੀ ਦਲ ਨੂੰ, ਜਿਵੇਂ ਲੋਕ ਸਭਾ ਇਲੈਕਸ਼ਨ 'ਚ ਇਹ ਤਾਂ ਕਹਿ ਰਹੇ ਨੇ ਕਿ ਸਾਡੀ ਜੀ ਮਜ਼ਬੂਤੀ ਹੋ ਰਹੀ ਸੀਗੀ, ਸੁਖਬੀਰ ਬਾਦਲ ਨੇ ਮਾਫ਼ੀ ਮੰਗ ਲਈ ਤੇ ਲੋਕਾਂ ਦੇ ਵਿੱਚ ਇਹ ਚਲਾ ਗਿਆ ਮੈਸੇਜ ਕਿ ਠੀਕ ਹੈ ਹੁਣ ਇਹਨਾਂ ਨੂੰ ਜਿਹੜਾ ਦੁਬਾਰਾ ਥੋੜਾ ਜਿਹਾ ਇਹਨਾਂ ਤੇ ਯਕੀਨ ਕਰ ਲੈਣਾ ਚਾਹੀਦਾ, ਜਿੰਨੇ ਜਿਸ ਹੱਦ ਤੱਕ ਵੀ ਇਹ ਸਿਆਸਤ ਦੇ ਵਿੱਚ ਆ ਕੇ ਜਾਂ ਮਾਫ਼ੀ ਮੰਗ ਰਹੇ ਨੇ ਜਾਂ ਜੋ ਵੀ ਕਰ ਰਹੇ ਨੇ, ਭਾਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਇਹਨਾਂ ਤੋਂ ਪੰਜਾਬ ਬਚਾਉਣਾ ਚਾਹੀਦਾ, ਪਰ ਕੀ ਮਤਲਬ ਇਹੀ ਸਮਝਿਆ ਜਾਵੇ ਜਿਵੇਂ ਹਿਊਮਨ ਰਾਈਟ ਐਕਟਿਵਿਸਟ ਦੇ ਉੱਤੇ ਸਵਾਲ ਉੱਠਣੇ ਜਾਂ ਇਹ ਸਾਰਾ ਕੁਝ ਹੋਣਾ, ਕੀ ਇਹ ਸਿਰਫ ਇੱਥੇ ਤੱਕ ਹੀ ਹੈ ਜਾਂ ਇਹ ਅੱਗੇ ਵੀ ਵੱਧ ਸਕਦੀ ਹੈ ਰਿਪੋਰਟ, ਇਹਦੇ ਹੋਰ ਵੀ ਨਤੀਜੇ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ? ਦੇਖੋ, ਹਿਊਮਨ ਰਾਈਟਸ ਵਾਲਿਆਂ ਨੇ ਤਾਂ ਉਸ ਟਾਈਮ ਵੀ ਆਪਣਾ ਕੰਮ ਕੀਤਾ, ਅਜੀਤ ਸਿੰਘ ਬੈਂਸ ਨੇ ਕੀਤਾ, ਫਿਰ ਉਹਨਾਂ ਦੇ ਬੇਟੇ ਨੇ ਰਾਜਵਿੰਦਰ ਬੈਂਸ, ਉਹਨਾਂ ਦਾ ਕੋਈ ਗਲਤ ਗੱਲ ਨਹੀਂ ਹੈ। ਉਹ ਰਿਪੋਰਟ ਸਿਮਰਨਜੀਤ ਮਾਨ ਜੀ ਕੋਲ ਆਈ, ਉਹਨਾਂ ਨੇ ਇੱਕ ਜਿਹਨੂੰ ਪ੍ਰੀਐਮਪਟਿਵ ਮਤਲਬ ਕਹਿੰਦੇ ਨੇ ਨਾ, ਰਿੱਟ ਪਾਈ ਕੱਚੀ ਬਿੱਲੀ। ਉਹ ਕੀ ਹੁੰਦਾ ਕਿ ਕੱਚੀ ਬਿੱਲੀ ਰਿੱਟ ਪਾਓ
ਤੇ ਉਹ ਰਿਜੈਕਟ ਹੋ ਜਾਂਦੀ ਹੈ ਤਾਂ ਕਿ ਹੋਰ ਕੋਈ ਕੇਸ ਕਰਨ ਜੋਗਾ ਵੀ ਨਾ ਰਹੇ ਉਹਨਾਂ ਨੇ ਕੰਮ ਕੀਤਾ। ਸੋ ਇਹਦੇ 'ਚ ਸਾਰੇ ਸ਼ਾਮਿਲ ਨੇ, ਇਹਦੇ 'ਚੋਂ ਕੋਈ ਬਰੇ ਨਹੀਂ ਹੈ। ਐਵੇਂ ਹਿਊਮਨ ਰਾਈਟਸ ਵਾਲਿਆਂ ਦੇ ਉੱਪਰ ਰੌਲਾ ਪਾਉਣਾ ਹੋਰ ਗੱਲ ਹੈ। ਠੀਕ ਹੈ ਕਿ ਇਲੈਕਸ਼ਨਾਂ ਦਾ ਸਮਾਂ, ਉਹ ਜਿਹੜੀਆਂ ਚੀਜ਼ਾਂ ਪੁਰਾਣੇ ਜ਼ਖਮ ਨਿਕਲੇ ਆਉਂਦੇ ਨੇ, ਚਰਚਾ ਇਹਨਾਂ ਸਮਿਆਂ 'ਚ ਜ਼ਿਆਦਾ ਹੁੰਦੀ ਹੁੰਦੀ ਹੈ, ਪਰ ਗੱਲ ਇਹ ਵੀ ਅਕਾਲੀ ਦਲ ਲਈ ਜਵਾਬਦੇਹ ਤਾਂ ਹੈ। ਡੈਮੇਜ ਕਿੰਨਾ ਕੁ ਹੋਊਗਾ, ਇਲੈਕਟੋਰਲ ਪੁਆਇੰਟ ਹੋ ਗਿਆ, ਇਹ ਥੋੜ੍ਹੀ ਸ਼ੱਕ ਵਾਲੀ ਗੱਲ ਹੈ। ਕਿਉਂਕਿ ਮੈਂ ਇਹਦੇ ਮਾਮਲੇ ਦੇ ਵਿੱਚ ਨਾ, ਮੇਰਾ ਆਪਣਾ ਇੱਕ ਦ੍ਰਿਸ਼ਟੀਕੋਣ ਇਹ ਹੈ ਕਿ ਜਜ਼ਬਾਤੀ ਮਾਮਲੇ ਵੋਟਾਂ 'ਚ ਕਿੰਨੇ ਕੁ ਟ੍ਰਾਂਸਫਰ ਹੁੰਦੇ ਨੇ, ਇਹ ਅਕਸਰ ਮੇਰਾ ਖਿਆਲ ਹੈ ਕਦੇ ਮਈਅਰ ਨਹੀਂ ਹੋ ਸਕੀ ਇਹ ਗੱਲ। ਬਹੁਤ ਵਾਰੀ ਇੱਦਾਂ ਹੁੰਦਾ ਹੈ, ਮਤਲਬ ਹੁਣ ਪਿਛਲੀਆਂ 17 ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਜਿਨ੍ਹਾਂ ਦੇ ਵਿੱਚ ਹਾਰੇ ਸੀ ਅਕਾਲੀ, ਸਾਰਾ ਸੰਤ ਸਮਾਜ, ਸਾਰੀਆਂ ਟਕਸਾਲਾਂ, ਮਤਲਬ ਸਾਰੇ ਦੇ ਸਾਰੇ ਉਹਨਾਂ ਦੇ ਹੱਕ 'ਚ ਖੜੇ ਸੀ ਔਰ ਉਹ ਹਾਰ ਗਏ ਸੀ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ ਕਿ ਮਸਲਾ ਜਜ਼ਬਾਤੀ ਹੈ, ਇਹਨੂੰ ਕਿੰਨਾ ਚੱਕਿਆ ਜਾਂਦਾ। ਪ੍ਰਾਪੇ ਕੰਡੇ ਦੀ ਵੈਲਿਊ ਇਹਦੀ ਹੈਗੀ ਹੈ ਇਸ ਗੱਲ ਦੀ, ਪਰ ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਵੋਟ ਬੈਂਕ ਨੂੰ ਕੋਈ ਬਹੁਤ ਡੈਮੇਜ ਹੋਊਗਾ, ਇੱਦਾਂ ਦੀ ਕੋਈ ਗੱਲ ਨਹੀਂ। ਕਿਉਂਕਿ ਬਹੁਤ ਅਰਲੀ ਚੱਕਿਆ ਗਿਆ, ਉਦੋਂ ਤੱਕ ਇਹਦੇ 'ਤੇ ਇੱਧਰਲੀਆਂ ਉੱਧਰਲੀਆਂ 400 ਡਿਬੇਟਾਂ ਹੋ ਕੇ, ਜਦ ਨੂੰ ਮੀਡੀਆ ਦੇ ਵਿੱਚ ਹੋਰ ਕੁਛ ਆ ਜਾਂਦਾ, ਨਵੇਂ ਮੁੱਦੇ ਖੜੇ ਹੋ ਜਾਂਦੇ ਨੇ। ਸੋ ਮੇਰਾ ਖਿਆਲ ਹੈ ਇੱਦਾਂ ਦੀ ਕੋਈ ਗੱਲ ਨਹੀਂ ਹੈ। ਪਰ ਜਿਵੇਂ ਸ਼੍ਰੋਮਣੀ ਕਮੇਟੀ ਚੱਲ ਰਹੀ ਹੈ, ਉਹ ਕਹਿੰਦੇ ਕਿ ਉਹ ਜਿਹੜਾ ਸੁਲਤਾਨਪੁਰ ਲੋਧੀ ਵਾਲਾ ਕੇਸ, ਉੱਥੇ ਗੋਲੀ ਚੱਲੀ ਸੀ, ਕਹਿੰਦੇ 1000 ਦੇ ਕਰੀਬ ਜਿਹੜੇ ਰਾਊਂਡ ਫਾਇਰ ਹੋਏ ਨੇ, ਉਹ ਰਿਪੋਰਟ ਜਿਹੜੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ, ਉੱਥੇ ਧਰਨੇ ਵਗੈਰਾ ਵੀ ਦੇ ਰਹੇ ਨੇ, ਸਾਰਾ ਕੁਝ ਕਰ ਰਹੇ ਨੇ। ਧਾਮੀ ਸਾਹਿਬ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਬਾਕੀਆਂ ਦੇ ਉੱਤੇ ਤੁਸੀਂ ਬੇਅਦਬੀ ਨੂੰ ਲੈ ਕੇ ਸਵਾਲ ਚੁੱਕਦੇ ਹੋ, ਕੀ ਇਹ ਬੇਅਦਬੀ ਨਹੀਂ? ਮਤਲਬ ਇਸ ਸਰਕਾਰ ਨੂੰ ਇਸ ਮਾਮਲੇ ਨੂੰ ਬੇਅਦਬੀ ਦਾ ਮਾਮਲਾ ਬਣਾ ਕੇ ਉਸ ਤਰੀਕੇ ਦੇ ਨਾਲ, ਮਤਲਬ ਕਿ ਜੇ ਅਕਾਲੀ ਦਲ ਬੇਅਦਬੀ ਚ ਘਿਰਦਾ ਹੈ ਜਾਂ ਬਾਕੀਆਂ ਦੇ ਬੇਅਦਬੀ ਦੇ ਸਵਾਲ ਉੱਠਦੇ ਨੇ, ਤਾਂ ਇਹਨਾਂ ਤੇ ਵੀ ਉੱਠਣੇ ਚਾਹੀਦੇ ਨੇ। ਇਹ ਤਾਂ ਠੀਕ ਹੈ, ਉਹਨਾਂ ਦਾ ਸਵਾਲ ਉਠਾਉਣਾ ਵੀ ਹੱਕ ਹੈ, ਤੇ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਵੀ ਕੱਢ ਰਿਹਾ ਹੈ, ਪਰ ਮੇਰਾ ਖਿਆਲ ਹੈ ਜੇ ਪੰਜਾਬ ਦੇ ਲੋਕ ਇੰਨੇ ਨਹੀਂ, ਮੇਰਾ ਖਿਆਲ ਹੈ ਹੋਏ ਕਿ ਉਹਨਾਂ ਨੂੰ ਲੱਗੇ ਕਿ ਅਕਾਲੀਆਂ ਜਾਂ ਕਾਂਗਰਸੀਆਂ ਦੀ ਬਜਾਏ ਭਗਵੰਤ ਮਾਨ ਤੋਂ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੋ ਗਿਆ, ਇੰਨਾ ਨਹੀਂ ਅਜੇ ਬਦਨਾਮ ਹੋਈ ਸਰਕਾਰ ਜਿੰਨੀ ਇਹ ਸੋਚ ਰਹੇ ਨੇ। ਇਹ ਠੀਕ ਹੈ ਕਿ ਉੱਥੇ ਕਲੈਸ਼ ਹੋਇਆ, ਗਲਤ ਹੋਇਆ, ਉਹਦੇ 'ਚ ਬਹੁਤ ਤਾਹੀ ਵੀ ਹੋ ਸਕਦੀ ਹੈ, ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਸ਼ਾਇਦ ਮਿਸਹੈਂਡਲਿੰਗ ਹੋਈ ਹੋਵੇ, ਪਰ ਸਰਕਾਰ ਨੇ ਕੋਈ ਉਹਦੇ 'ਚ ਰਲ ਕੇ ਜਿਸ ਤਰੀਕੇ ਦੇ ਨਾਲ ਅਕਾਲੀ ਗੌਰਮੈਂਟ ਦੇ ਦੌਰਾਨ ਹੁੰਦੀਆਂ ਰਹੀਆਂ ਨੇ, ਇਸ ਤਰ੍ਹਾਂ ਦਾ ਤਾਂ ਕੋਈ ਗੱਲ ਨਹੀਂ ਬਣਦੀ। ਇਹ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਕਿਉਂਕਿ ਸਰਕਾਰ ਨੂੰ ਡਿਫੈਂਸਿਵ ਕਰਨਾ ਹੁੰਦਾ, ਪਰ ਮੇਰਾ ਨਹੀਂ ਖਿਆਲ ਇਸ ਗੱਲ ਦੇ ਵਿੱਚ ਇੰਨਾ ਜ਼ਿਆਦਾ ਕੋਈ ਤੰਤ ਨਹੀਂ ਹੈ। ਪਰ ਉਹਨਾਂ ਦੀ ਵੀ ਪੜਤ ਪੰਥਕ ਹਲਕਿਆਂ ਦੇ ਵਿੱਚ ਇੰਨੀ ਨਹੀਂ ਬਣੀ ਕਿ ਜੋ ਉਹ ਕਹਿਣਗੇ ਮੰਨ ਲਿਆ ਜਾਊਗਾ। ਬਿਲਕੁਲ ਸਹੀ ਗੱਲ ਹੈ। ਹੁਣ ਇਹ ਤਾਂ ਇਹ ਆ ਵੀ ਜਥੇਦਾਰ ਅਕਾਲ ਤਖਤ ਸਾਹਿਬ ਉਸ ਰਿਪੋਰਟ ਬਾਰੇ ਕੀ ਕਹਿੰਦੇ ਨੇ, ਜਾਂ ਕਾਂਕੇ ਸਾਹਿਬ ਦੀ ਰਿਪੋਰਟ ਬਾਰੇ ਅੱਗੇ ਕੀ, ਹੁਣ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਤੁਸੀਂ ਐਕਸ਼ਨ ਲਓ, ਕਿਵੇਂ ਕਰਾਓ, ਸਰਕਾਰ ਕੀ ਕਰਦੀ ਹੈ, ਇਹ ਸਰਕਾਰ ਦੇ ਵੀ ਨਿਰਭਰ ਕਰਦਾ। ਇਹਨਾਂ ਦੇ ਵੀ ਲਗਾਤਾਰ ਇਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਗਲਤੀਆਂ ਪਿਛਲਿਆਂ ਨੇ ਕੀਤੀਆਂ ਕਿਤੇ ਤੁਸੀਂ ਉਸ ਗਲਤੀਆਂ ਦੇ ਵਿੱਚ ਨਾ ਆ ਜਾਓ। ਇੱਕ ਬੜੀ ਇਹ ਵੀ ਦਿਲਚਸਪ ਗੱਲ ਹੈ ਕਿ ਰਾਜੋਆਣਾ ਦੇ ਮਾਮਲੇ 'ਚ ਭੱਟੀ ਸਾਹਿਬ ਇਹ ਵੀ ਮਤਲਬ ਕਹਿ ਰਹੇ ਨੇ ਕਿ 27 ਤਰੀਕ ਤੱਕ ਚਲੋ ਆਰ ਪਾਰ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਕੀ ਬਣਦਾ। ਕੀ ਕੇਂਦਰ ਵੱਲੋਂ ਕੋਈ ਇਸ਼ਾਰਾ ਹੋਇਆ? ਜਿਵੇਂ ਜਗਤਾਰ ਸਿੰਘ ਹਵਾਰੇ ਦਾ ਮਾਮਲਾ ਹੈ, ਲਗਾਤਾਰ ਕਈ ਮਾਮਲਿਆਂ ਦੇ ਵਿੱਚ ਉਹ ਬਰੀ ਹੁੰਦੇ ਜਾ ਰਹੇ ਨੇ, ਹੁਣ ਫਿਰ ਦੇਸ਼ ਧਰੋਹ ਦਾ ਇੱਕ ਮਾਮਲਾ ਸੀ ਉਹ 'ਚੋਂ ਬਰੀ ਹੋ ਗਏ, ਉੱਧਰ ਕੌਮੀ ਇਨਸਾਫ਼ ਮੋਰਚੇ ਵਾਲੇ ਲੱਗੇ ਨੇ ਉਹ ਵੀ ਕਹਿੰਦੇ ਅੱਜ ਸ਼ਾਮ ਨੂੰ ਕੋਈ ਉਹਨਾਂ ਨੇ ਮੀਟਿੰਗ ਸੱਦੀ ਹੈ ਕਿ ਜਿਵੇਂ ਹਵਾਰਾ ਨੂੰ ਬਰੀ ਕੀਤਾ, ਕੋਈ ਹਲਚਲ ਜਿਹੜੀ ਅੰਦਰ ਖਾਤੇ ਦੇਖਣ ਨੂੰ ਮਿਲ ਰਹੀ ਹੈ, ਜਾਂ ਇਹ ਕਹਿ ਲਈਏ ਕੋਈ ਸਿਹਰਾ ਇੱਧਰ ਉੱਧਰ ਧਰਨ ਦੀ ਗੱਲ ਹੋ ਰਹੀ ਹੈ? ਇੱਕੋ ਇਹ ਤਾਂ ਹੈ, ਇਹ ਤਾਂ ਹੋਊਗੀ ਵੀ, ਔਰ ਆਉਣ ਵਾਲੇ ਦਿਨਾਂ 'ਚ ਵਧੂਗੀ ਇਹ ਗੱਲ ਥੋੜ੍ਹੀ ਜਿਹੀ, ਕਿ ਜਿਹੜੇ ਮਿਲੀਟੈਂਟ ਫੇਸ ਨੇ ਸਿੱਖਾਂ ਦੇ ਵਿੱਚ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਾ ਦੇ ਵਿੱਚ ਰੱਖਿਆ ਜਾਵੇ, ਜਾਂ ਰਿਹਾ ਕਰਕੇ ਕਹਿ ਲਓ, ਜਾਂ ਗ੍ਰਿਫਤਾਰ ਕਰਕੇ ਕਹਿ ਲਓ, ਕਿਉਂਕਿ ਬਾਕੀ ਹਿੰਦੁਸਤਾਨ ਦੇ ਵਿੱਚ 24 ਦੀਆਂ ਇਲੈਕਸ਼ਨਸ ਦੇ ਲਈ ਉਸ ਚੀਜ਼ ਦੀ ਜ਼ਰੂਰਤ ਹੈ।
ਔਰ ਦੂਜੀ ਚੀਜ਼ ਇਹ ਵੀ ਹੈ ਕਿ ਮੀਡੀਆ ਦੇ ਵਿੱਚ ਜੇ ਇਸ਼ੂ ਛਾਏ ਰਹਿਣ ਕਿ ਕੌਣ ਦੀ ਛੁੱਟ ਗਿਆ, ਕੌਣ ਫੜਿਆ ਗਿਆ, ਕਿਹੜਾ ਬਰੀ ਹੋ ਗਿਆ, ਕਿਹਨੇ ਕੀ ਕਹਿਤਾ, ਉਹਨਾਂ ਜਿਹੜੇ ਸਬਸਟੈਂਸ਼ੀਅਲ ਇਸ਼ੂ ਨੇ ਬੇਰੁਜ਼ਗਾਰੀ ਦੇ, ਗਰੀਬੀ ਦੇ ਜਾਂ ਲੋਕਾਂ ਦੇ ਹੱਕਾਂ ਦੇ, ਉਹ ਟਕੇ ਜਾਂਦੇ ਨੇ। ਸੋ ਇਸ ਕਰਕੇ ਤਾਂ ਚੱਲਣਾ ਹੀ ਹੈ। ਉਹ ਵਾਰਾ ਸਾਹਿਬ ਦਾ ਕੋਈ ਮੇਰਾ ਖਿਆਲ 98 ਦਾ ਕੇਸ ਸੀਗਾ, ਉਹ 2-3 ਦਿਨ ਚੱਲੇ ਜਾਊ। ਜਿਹੜਾ ਸਰਕਾਰੀ ਮੀਡੀਆ ਹੈ, ਸਰਕਾਰੀ ਤੰਤਰ ਹੈ ਜਿਹੜਾ ਸੂਚਨਾ ਦਾ, ਉਹਨੂੰ ਇਸ ਤਰ੍ਹਾਂ ਦੀ ਖੁਰਾਕ ਚਾਹੀਦੀ ਹੁੰਦੀ ਹੈ। ਸੋ ਇਹ ਤਾਂ ਚੱਲਣੀ ਹੈ 24 ਦੀਆਂ ਇਲੈਕਸ਼ਨਾਂ ਤੱਕ, ਮਤਲਬ ਕਦੇ ਇਧਰੋਂ ਕਦੇ ਉਧਰੋਂ, ਵਿੱਚ ਬੇਅਦਬੀਆਂ ਦਾ ਦੌਰ ਵੀ ਆਉਂਦਾ ਕਿਤੇ ਕਿਤੇ, ਜਦੋਂ ਕੁਛ ਹੋਰ ਨਾ ਹੋਵੇ ਤਾਂ ਇਹ ਕੰਮ ਸ਼ੁਰੂ ਹੋ ਜਾਂਦਾ ਹੁੰਦਾ। ਸੋ ਉਹਨੂੰ ਤੁਸੀਂ ਸਰਕਾਰੀ ਤੰਤਰ ਦਾ ਹਿੱਸਾ ਸਮਝ ਕੇ ਚੱਲੋ। ਬਿਲਕੁਲ ਨਹੀਂ, ਕੀ ਮਤਲਬ ਕਿ ਕੀ ਇਹ ਕਿਸੇ ਤਣ ਪੱਤਣ ਲੱਗਦਾ ਨਜ਼ਰ ਆਉਂਦਾ ਹੈ, ਬੰਦੀ ਸਿੰਘਾਂ ਦਾ ਮਸਲਾ ਜਾਂ ਬੇਅਦਬੀਆਂ 2024 ਦੀ ਇਲੈਕਸ਼ਨ ਤੋਂ ਪਹਿਲਾਂ, ਜਾਂ ਫਿਰ ਇਹ ਕਹਿ ਲਈਏ ਕਿ ਬਸ ਇਹ ਉਭਾਰ ਚ ਰਹੇਗਾ, ਉਦੋਂ ਬਾਅਦ 2024 ਬਾਅਦ ਜਿਹੜਾ ਆ ਇਹ ਕਿਸੇ ਸਿੱਟੇ ਤੇ ਨਾ ਪਹੁੰਚਦਾ ਹੋਇਆ ਉਸੇ ਤਰੀਕੇ ਨਾਲ ਠੰਡੇ ਵਸਤੇ ਚ ਪਾ ਦਿੱਤਾ ਜਾਏਗਾ। ਜਿਵੇਂ ਮੈਂ ਇੱਕ ਹੋਰ ਦੇਖ ਰਿਹਾ ਸੀਗਾ ਕਿ ਉਹ ਜਿਵੇਂ ਪ੍ਰੈਸ਼ਰ ਬਣਾਇਆ ਜਾਂਦਾ ਨਾ, ਉਧਰੋਂ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਦੀ ਕਹਿੰਦੇ ਹਜ਼ੂਰ ਸਾਹਿਬ ਤੋਂ ਆਉਂਦੇ ਆ, ਉੱਥੇ ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ, ਇਹ ਸਰਕਾਰ ਤੇ ਪ੍ਰੈਸ਼ਰ ਬਣਾਇਆ ਗਿਆ ਕਿ ਜੀ ਤੁਸੀਂ ਜਿਹੜਾ ਉਹ ਮੁੰਡਿਆਂ ਨੂੰ ਸਾਡਿਆਂ ਨੂੰ ਫੜ ਰਹੇ ਹੋ। ਹਾਲਾਂਕਿ ਉਹ ਕੇਸ ਜਿਹੜਾ ਕਹਿੰਦੇ ਉਹ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਸੀ ਅੰਮ੍ਰਿਤਪਾਲ ਸਿੰਘ ਦੇ ਸਵਾਲ ਉੱਠੇ ਸੀਗੇ ਉਹਦੇ ਨਾਲ ਰਿਲੇਟਡ ਹੈ, ਪਰ ਇਹ ਸਵਾਲ ਲਗਾਤਾਰ ਅੱਗੇ ਦੀ ਅੱਗੇ ਉੱਭਰਦੇ ਨਜ਼ਰ ਆਉਂਦੇ ਨੇ ਕਿ ਇਹ ਕੀ ਸਿਰਫ 2024 ਤੱਕ ਹੀ ਰਹੇਗਾ ਕਿ ਗਾਂ ਵੀ ਇਹ ਸਾਰਾ ਕੁਝ ਉਸੇ ਤਰੀਕੇ ਨਾਲ ਚੱਲਦਾ ਰਹੂਗਾ। ਨਹੀਂ, 24 ਤੱਕ ਹੀ ਰਹੂਗਾ ਜੀ। ਦੇਖੋ ਜਦੋਂ ਅਕਾਲੀ ਸਰਕਾਰ ਆਉਂਦੀ ਹੈ ਫਿਰ ਤਾਂ ਪੰਥਕ ਮਸਲੇ ਸਾਰੇ, ਬੰਦੀ ਸਿੰਘ ਇੱਥੇ ਹੀ ਸੀਗੇ, ਰਾਜੋਆਣਾ ਸਾਹਿਬ ਵੀ ਇੱਥੇ ਹੀ ਸੀ, 15 ਸਾਲ ਰਾਜ ਰਿਹਾ ਉਹਨਾਂ ਦਾ। ਹੁਣ ਜੋ ਉਹ 27 ਤਰੀਕ ਦਾ ਕਾਰ ਪਾਰ ਕਰ ਰਹੇ ਨੇ, 15 ਸਾਲ ਨੀ ਆਰ ਪਾਰ ਕੀਤਾ, ਇਵੇਂ ਹੀ ਆਮ ਆਦਮੀ ਦਾ ਗੌਰਮੈਂਟ ਦਾ ਭੁੱਲਰ ਦਾ ਇਹਨਾਂ ਦੇ ਕੋਲ ਹੱਕ ਸੀਗਾ, ਇਹ ਉਹਨੂੰ ਰਿਹਾ ਕਰ ਸਕਦੇ ਸੀ, ਕਿਉਂ ਨੀ ਕੀਤਾ ਇਹਨਾਂ ਨੇ। ਸੋ ਇਹ ਤਾਂ ਇਸ ਮਾਮਲੇ ਚ, ਇਸ ਹਮਾਮ ਚ ਸਾਰੇ ਨੰਗੇ ਨੇ, ਸਿਰਫ ਇਹਦੀ ਪ੍ਰੋਪੇਗੰਡਾ ਵੈਲਿਊ ਹੈ। ਜਿਵੇਂ ਇਲੈਕਸ਼ਨਾਂ ਦੇ ਨੇੜੇ SYL ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਉਵੇਂ ਹੀ ਬੰਦੀ ਸਿੰਘ, ਬੇਅਦਬੀ, ਇਹ ਤੁਸੀਂ ਇੱਕ ਲਿਸਟ ਬਣਾ ਲਓ ਕਿ ਇਹਨਾਂ ਦੇ ਉੱਪਰ ਟੋਲ ਟਮੱਕਾ ਹੋਣਾ ਹੁੰਦਾ। ਇਹ ਤਾਂ ਗੀਤ ਨੇ, ਜਿਵੇਂ DJ ਵਾਲਾ ਨੀ ਵਿਆਹਾਂ ਦੇ ਵਿੱਚ ਹੁੰਦਾ, ਉਹਨੂੰ ਲਿਸਟ ਬਣਾਈ ਹੁੰਦੀ ਹੈ ਵੀ ਇਹ ਗੀਤ ਤੋਂ ਬਾਅਦ ਆਹ ਚੱਲਣਾ, ਇਹ ਤੋਂ ਬਾਅਦ ਆਹ ਚੱਲਣਾ, ਇਹਦੇ ਤੇ ਭੰਗੜਾ ਪਾਉਣਾ, ਬਸ ਇਹ ਹੈ। ਬਿਲਕੁਲ, ਤੁਸੀਂ SYL ਦੀ ਯਾਦ ਕਰੇ, ਮੇਰੇ ਖਿਆਲ ਚ ਕੱਲ ਨੂੰ ਹੀ ਤਰੀਕ ਹੈ ਨਾ ਜੀ, ਸੁਪਰੀਮ ਕੋਰਟ ਦੇ ਵਿੱਚ 6 ਤਰੀਕ ਰੱਖੀ ਗਈ ਸੀਗੀ ਕਿ ਇਹਨਾਂ ਨੇ ਜਿਹੜੀ ਉਹ ਮੀਟਿੰਗਾਂ ਪਿੱਛੇ ਜੇ ਕੀਤੀਆਂ, ਹੁਣ ਉੱਥੇ ਜਾ ਕੇ ਕੀ ਜਵਾਬ ਦਾਖਲ ਕੀਤਾ ਜਾਂਦਾ। ਹਾਲਾਂਕਿ ਮੁੱਖ ਮੰਤਰੀ ਸਾਹਿਬ ਤਾਂ ਉਪਾਸਨਾ ਚ ਨੇ, ਪਰ ਜੇ ਟਵੀਟ ਉੱਥੋਂ ਕਰ ਸਕਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਉਹ ਕਿਤੇ ਨਾ ਕਿਤੇ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ ਕਿ ਕੀ ਸਟੈਂਡ ਉੱਥੇ ਜਾ ਕੇ, ਹੁਣ ਜਿਹੜੇ ਸਟੈਂਡ ਬਾਹਰ ਲਏ ਜਾ ਰਹੇ ਨੇ, ਕੀ ਸੁਪਰੀਮ ਕੋਰਟ ਉਹਨਾਂ ਸਟੈਂਡ ਦੇ ਉੱਤੇ ਇਹਨਾਂ ਨੂੰ, ਇਹਨਾਂ ਦੇ ਪੱਖ ਵਿੱਚ ਫੈਸਲਾ ਦੇਗੀ, ਜਾਂ ਫਿਰ ਇਹਨੂੰ ਵੀ ਉਵੇਂ ਹੀ ਲਟਕਾਉਣ ਦੀ ਗੱਲ ਹੋਏਗੀ। ਬਿਲਕੁਲ ਜੀ, ਬਿਲਕੁਲ, ਇਹ ਗੱਲ ਇਹ ਹੈ ਕਿ ਦੇਖੋ ਜਵਾਬ ਕੀ ਫਾਈਲ ਹੁੰਦਾ ਇਹਦੀ ਚਰਚਾ ਹੋਊਗੀ, ਪਰ ਮੇਰਾ ਖਿਆਲ ਇਹ ਹੈ ਵੀ ਇਹ ਜੇ ਇਹਦੇ ਤੇ ਤੱਤਫੱਟ ਫੈਸਲਾ ਹੋਣ ਦੀ ਸੰਭਾਵਨਾ ਘੱਟ ਲੱਗ ਰਹੀ ਹੈ, ਥੋੜਾ ਡਿਲੇ ਵਾਲਾ ਕੰਮ ਹੋਊਗਾ। ਬਾਕੀ ਇਹ ਕਿ ਵਿਪਾਸਨਾ ਦਾ ਤਾਂ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਾਰਾ ਸੰਸਾਰ ਛੱਡ ਕੇ ਭਾਈ ਆਪਣੇ ਅੰਤਰ ਧਿਆਨ ਹੋ ਰਹੇ ਹੋ, ਜੇ ਅੰਤਰ ਧਿਆਨ ਦੇ ਵਿੱਚ ਹੀ ਵੀ ਸੁਨੀਲ ਜਾਖੜ ਤੇ ਹੋਰ ਸਾਰੇ ਤੁਰੇ ਫਿਰ ਰਹੇ ਨੇ, ਟਵੀਟ ਹੋ ਰਹੇ ਨੇ, ਝਾਕੀਆਂ ਦੇ ਹੋ ਰਹੇ ਨੇ, ਉਹਦੇ ਤੋਂ ਕਲੀਅਰ ਹੈ ਗੱਲ ਕਿ ਵਿਪਾਸਨਾ ਦਾ ਵੀ ਮਜ਼ਾਕ ਹੀ ਉਡਾਇਆ ਜਾ ਰਿਹਾ ਹੈ। ਸੋ ਅੱਜ ਕੱਲ੍ਹ ਸਿਆਸਤਦਾਨ ਨੇ ਰੱਬ ਨਾਲ ਵੀ, ਰੂਹਾਨੀਅਤ ਨਾਲ ਵੀ ਖੇਡਾਂ ਖੇਡ ਸਕਦੇ ਨੇ। ਪੱਟੀ ਸਾਹਿਬ, ਇੱਕ ਗੱਲ ਇਹ ਵੀ ਹੈ ਨਾ ਕਿ ਤੁਸੀਂ ਉੱਥੇ ਬੈਠੇ ਟਵੀਟ ਕਰ ਰਹੇ ਹੋ ਕਿ ਝਾਕੀਆਂ ਦੇ ਮਸਲੇ ਦੇ ਉੱਤੇ ਕਿ ਜੀ ਤੁਹਾਨੂੰ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਪਿੰਡਾਂ ਚ, ਕੀ ਮੁੱਖ ਮੰਤਰੀ ਸਾਹਿਬ ਨੂੰ ਇਸ ਕਿਸਮ ਦੇ ਟਵੀਟ ਕਰਨੇ ਚਾਹੀਦੇ ਨੇ, ਜਾਂ ਅਕਾਲੀ ਦਲ ਨੂੰ ਲੈ ਕੇ ਕਹਿ ਤਾ ਕਿ ਤੁਹਾਡੇ ਤੋਂ ਪੰਜਾਬ ਨੂੰ ਬਚਾਉਣਾ ਚਾਹੀਦਾ,
ਮਤਲਬ ਗੱਲ ਇਹ ਹੈ ਨਾ ਕਿ ਉਹ ਕੱਲ ਨੂੰ ਉਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿ ਕੀ ਵਾਕਈ ਇਹ ਚੀਜ਼ਾਂ ਲੋਕਾਂ ਦੇ ਵਿੱਚ ਜਾ ਕੇ ਲੋਕ ਇਹਦੇ ਲਈ ਜਵਾਬਦੇਹੀ ਮੰਗਣਗੇ ਕਿ ਦੱਸੋ ਭਾਈ ਤੁਸੀਂ ਇਹ ਟਵੀਟ ਕੀਤਾ, ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਪਿੰਡਾਂ ਚ ਨਹੀਂ ਵੜਨ ਦੇਣਗੇ ਲੋਕ, ਕਿ ਸੱਚੀ ਮੁੱਚੀ ਵੀ ਪਿੰਡਾਂ ਚ ਵੜਨ ਦਿੱਤਾ ਜਾਏਗਾ, ਜਾਂ ਫਿਰ ਇਹ ਵੀ ਇੱਕ ਸਿਆਸਤ ਦਾ ਹਿੱਸਾ ਹੈ ਕਿ ਕਰੀ ਚੱਲੋ ਇਸ ਮਾਮਲੇ ਚ ਟਵੀਟ। ਉਹ ਤਾਂ ਦੇਖੋ ਸੁਖਵਿੰਦਰ ਜੀ ਸਾਰੇ ਹੀ ਕਹਿੰਦੇ ਨੇ, ਹੁਣ ਵਿਰੋਧੀ ਕਹੀ ਜਾ ਰਹੇ ਨੇ ਕਿ ਤੁਸੀਂ ਸਿਕਿਉਰਿਟੀ ਤੋਂ ਬਿਨਾਂ ਤੁਸੀਂ ਜਾ ਕੇ ਦਿਖਾਓ ਪਿੰਡਾਂ 'ਚ, ਇਹਨਾਂ ਨੂੰ ਵੀ ਕਹਿ ਰਹੇ ਨੇ ਉਹ। ਮਤਲਬ ਪਿੰਡਾਂ ਦੇ ਲੋਕ ਤਾਂ ਇਕੁਅਲੀ ਦੁਖੀ ਨੇ ਸਾਰੇ ਸਿਆਸਤਦਾਨਾਂ ਤੋਂ, ਪਰ ਇਹ ਜ਼ਰੂਰ ਹੈ ਕਿ ਇਹ ਰਿਐਕਟਿਵ ਨੇ। ਮਤਲਬ ਜੇ ਬੰਦਾ ਸਮਾਧੀ ਲਾਉਣ ਗਿਆ 4 ਦਿਨ ਦੇ ਲਈ, ਪੈਸੇ ਦੇ ਕੇ ਗਿਆ, ਹਾਲਾਂਕਿ ਉਹ ਹੈਲਥ ਟੂਰਿਜ਼ਮ ਹੈ ਬੇਸਿਕਲੀ, ਤਾਂ ਮਾਲਸ਼ਾਂ ਮੁਲਸ਼ਾਂ ਕਰਾਉਣੀਆਂ ਨੇ, ਪਰ ਜੇ ਸਮਾਧੀ ਦੇ ਵਿੱਚ ਬੈਠਾ ਵੀ ਮਤਲਬ ਇੱਦਾਂ ਚੱਲ ਰਿਹਾ ਹੈ, ਤੁਸੀਂ ਹਿਸਾਬ ਲਾ ਲਓ ਵੀ ਇਹਨਾਂ ਦੀ ਮਨੋਦਸ਼ਾ ਕੀ ਹੈ। ਆਪਸ ਵਿੱਚ ਮਿਲ ਕੇ ਬੈਠ ਕੇ ਡਿਸਕਸ ਕਰਨ ਦੀ ਬਜਾਏ ਕਲੇਸ਼ ਹੀ ਕਲੇਸ਼, ਕਲੇਸ਼ ਹੀ ਕਲੇਸ਼ ਹਰ ਇੱਕ ਦੂਜੇ ਨੂੰ ਛੋਟੇ ਦਿਖਾਉਣ ਦਾ, ਮਿਹਣੇ ਬਾਜੀ ਮਤਲਬ ਇਸੇ 'ਚ ਲੱਗੇ ਹੋਏ ਨੇ। ਫਿਰ ਕਾਹਦੇ ਵਿਪਾਸਨਾ ਦਾ ਵੀ ਕਾਹਨੂੰ ਖਰਚਾ ਕਰਨਾ ਸੀ ਪੰਜਾਬ ਦਾ ਇਹਨੇ ਉੱਥੇ? ਮਤਲਬ ਕਿਤੇ ਦੇਖੋ ਇਹ ਤਾਂ ਹੁੰਦਾ ਕਿ ਤੁਸੀਂ ਆਪਣੇ ਮਨ ਨੂੰ ਤੰਦਰੁਸਤ ਕਰਨ ਲਈ ਗਏ ਹੋ ਭਾਈ, 4 ਦਿਨ ਚੁੱਪ ਰਹਿ ਲਓ। ਉਹ ਤਾਂ ਉਹਦਾ ਪਹਿਲਾ ਰੂਲ ਹੈ ਕਿ ਖਾਮੋਸ਼ੀ ਹੋਵੇ, ਤੇ ਮਾਨ ਸਾਹਿਬ ਤੇ ਖਾਮੋਸ਼ੀ, ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਮਤਲਬ ਵਿਰੋਧੀ ਨੇ, ਤੇ ਉਹ ਕਿਵੇਂ ਰਹਿ ਸਕਦੇ ਨੇ ਵਿਚਾਰੇ? ਪਰ ਚਲੋ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਰੱਖੇ, ਆਪਾਂ ਤਾਂ ਇਹੀ ਅਰਦਾਸ ਕਰੀਏ, ਮਾਨਸਿਕ ਸਿਹਤ ਵੀ ਠੀਕ ਰੱਖੇ। ਜੀ ਬਿਲਕੁਲ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰ ਲੈਂਦੇ ਹਾਂ ਕਿ ਉੱਥੇ ਵੀ ਕਲੇਸ਼ ਹੀ ਨਜ਼ਰ ਆਉਂਦਾ ਹੈ ਕਿ ਗੱਠਜੋੜ ਹੋਣਾ ਹੈ ਕਿ ਨਹੀਂ ਹੋਣਾ। ਉੱਪਰਲੇ ਲੈਵਲ ਤੇ ਮੀਟਿੰਗਾਂ ਤਾਂ ਹੋ ਰਹੀਆਂ ਨੇ, ਪਰ ਸੂਬਿਆਂ ਦੇ ਵਿੱਚੋਂ ਜਿਵੇਂ ਬਗਾਵਤੀ ਸੁਰਾਂ ਕਹਿ ਲਈਏ, ਜਾਂ ਜਿਵੇਂ ਕਾਂਗਰਸ ਪਾਰਟੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨੂੰ ਕਿਹਾ ਜਾ ਰਿਹਾ, ਜਿਵੇਂ ਪੱਛਮੀ ਬੰਗਾਲ ਦੀ ਗੱਲ ਹੈ ਕਿ ਜੀ ਇੱਥੇ ਵੀ ਗੱਠਜੋੜ ਨਹੀਂ, ਦਿੱਲੀ ਚ ਵੀ ਗੱਠਜੋੜ ਨਹੀਂ ਕਰਨਾ, ਹੋਰ ਵੀ ਇੱਕਾ ਦੁੱਕਾ ਥਾਵਾਂ ਦਾ ਨਾਂ ਲੈ ਕੇ, ਪੰਜਾਬ ਵਾਲੇ ਤਾਂ ਬੜੇ ਮਤਲਬ ਕਿ ਇੱਦਾਂ ਕਹਿ ਲਈਏ ਕਿ ਸਿੱਧੇ ਸ਼ਬਦਾਂ ਦੇ ਵਿੱਚ ਕੇਂਦਰ ਨੂੰ ਵਾਰ ਵਾਰ ਮੀਟਿੰਗਾਂ ਕਰਕੇ ਕਹਿ ਚੁੱਕੇ ਨੇ ਆਪਣੇ ਵਾਲੇ ਨੂੰ ਕਿ ਜੀ ਨਹੀਂ ਗੱਠਜੋੜ ਕਰਨਾ। ਇਹਦੇ ਬਾਵਜੂਦ ਵੀ ਕਹਿੰਦੇ ਗੱਠਜੋੜ ਦੀਆਂ ਸੰਭਾਵਨਾਵਾਂ ਵਿੱਚ ਵਿੱਚ ਨਜ਼ਰ ਆ ਰਹੀਆਂ ਨੇ, ਇਹਨੂੰ ਕਿਵੇਂ ਸਮਝਿਆ ਜਾਵੇ ਕਿ ਕੀ ਮਤਲਬ ਕਿ ਅੱਕ ਚੱਬਣ ਵਾਲੀ ਗੱਲ ਆ? ਸੁਖਵਿੰਦਰ ਜੀ ਮੇਰਾ ਤਾਂ ਪਹਿਲੇ ਦਿਨ ਤੋਂ ਓਪੀਨੀਅਨ ਹੈ ਕਿ ਇਹ ਸਟਿਲ ਬੋਰਨ ਬੇਬੀ ਹੈ, ਇਹ ਨਹੀਂ ਹੋਣਾ। ਪਰਟੀਕੁਲਰਲੀ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਪੰਜਾਬ ਤੇ ਦਿੱਲੀ ਦੇ ਵਿੱਚ ਵੀ, ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਨਜ਼ਰੀਆ ਉਹ ਪਹਿਲੇ ਦਿਨ ਤੋਂ ਹੀ ਆਪਾਂ ਦੇਖਦੇ ਆ ਰਹੇ ਹਾਂ। ਫਿਰ ਇਹਨਾਂ ਨੇ ਨਾਲ ਚਲੋ ਮਮਤਾ ਬੈਨਰਜੀ ਨੂੰ ਰਲਾ ਲਿਆ, ਹੁਣ ਉੱਥੇ ਵੀ ਹੱਥੋਪਾਈ ਵਾਲੀ ਪੋਜੀਸ਼ਨ ਹੋਈ ਹੋਈ ਹੈ। ਸੋ ਜਿਹੜਾ ਇੰਡੀਆ ਫਰੰਟ ਹੈ ਉਹਨਾਂ ਨੂੰ ਇਹ ਦੇਖਣਾ ਪੈਣਾ ਹੈ ਆਪਣਾ ਜਿਹੜਾ ਮਤਲਬ ਇਨ ਹਾਊਸ ਜਿਹੜਾ ਉਹਨਾਂ ਦਾ ਹੈ ਕਿ ਕਿਹੜੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਨਾਲ ਖੜੀਆਂ ਹੋਣਗੀਆਂ। ਕੁਛ ਥਾਵਾਂ 'ਤੇ ਉਹ ਡੈਂਟ ਪਾ ਸਕਦੇ ਨੇ ਇੱਕ ਇੱਕ ਬੰਦਾ ਖੜਾ ਕਰਕੇ, ਪਰ ਪੰਜਾਬ ਬੰਗਾਲ ਅਤੇ ਹੋਰ ਇਹ ਥਾਵਾਂ ਮੇਰਾ ਖਿਆਲ ਨਹੀਂ ਹੈਗੀਆਂ ਇਸ ਕੰਮ ਦੇ ਲਈ। ਅਤੇ ਪੰਜਾਬ 'ਚ ਜੇ ਕਰ ਵੀ ਲਿਆ ਤਾਂ ਵੀ ਘੱਟ ਹੈ, ਸਗੋਂ ਨਹੀਂ ਕਰਨਗੇ ਅਪੋਜੀਸ਼ਨ ਦੇ ਤੌਰ 'ਤੇ, ਜੇ ਇਹਨਾਂ ਦਾ ਦੋਨਾਂ ਦਾ ਬੇਸ ਇੱਕ ਦੂਜੇ ਦੇ ਖਿਲਾਫ ਹੀ ਖਿਲਾਫ ਹੈ ਅਸਲ ਦੇ ਵਿੱਚ, ਉਹਨਾਂ ਦਾ ਮਤਲਬ ਲੋਕ ਵੀ ਜਿਹੜੇ ਜੁੜੇ ਹੋਏ ਨੇ ਹਮਦਰਦੀ ਘੇਰਾ ਵੀ ਉਹਨਾਂ ਦਾ ਵੀ, ਸੋ ਉਹਨਾਂ ਨੂੰ ਨਹੀਂ ਤੋਰ ਸਕਣਗੇ ਜੇ ਸਮਝੌਤਾ ਕਰ ਵੀ ਲਿਆ। ਹਾਂ ਇਹ ਹੈ ਵੀ ਅੰਦਰੋਂ ਅੰਦਰੀ ਜਿਵੇਂ ਸੁਸ਼ੀਲ ਰਿੰਕੂ ਜੀ ਦਾ ਹੋਇਆ ਸੀ, ਅੰਦਰੋਂ ਅੰਦਰੀ ਕਾਠੀਆਂ ਕੁੱਟੀਆਂ ਪਾਈਆਂ ਜਾਂਦੀਆਂ ਉਹਨਾਂ ਨੂੰ, ਵੈਸੇ ਵੀ ਪਾਈਆਂ ਜਾਣੀਆਂ ਨੇ, ਤਾਂ ਕਿਤੇ ਮਾੜਾ ਕੈਂਡੀਡੇਟ ਖੜਾ ਕਰ ਲਿਆ, ਦੂਜੇ ਨੂੰ ਖੜਾ ਕਰ ਲਿਆ, ਕੁਛ ਵੋਟਾਂ ਟ੍ਰਾਂਸਫਰ ਕਰਤੀਆਂ, ਇਹ ਤਾਂ ਅੱਜ ਕੱਲ੍ਹ ਇਲੈਕਟੋਰਲ ਪੋਲੀਟਿਕਸ ਦਾ ਹਿੱਸਾ ਹੀ ਬਣ ਗਿਆ। ਬਿਲਕੁਲ ਪੱਟੀ ਸਾਹਿਬ, ਇਹ ਕਿਵੇਂ ਮਤਲਬ ਕਿਤੇ ਇਹ ਤਾਂ ਨਹੀਂ ਕਿ ਜਿਵੇਂ ਸੁਸ਼ੀਲ ਰਿੰਕੂ ਹੋਰਾਂ ਦੀ ਜਿੱਤ ਹੋਈ ਉਹ ਕਾਂਗਰਸ ਚੋਂ ਪਲਟੀ ਮਾਰ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ, ਫਿਰ ਇਹਨਾਂ ਦੀ ਟਿਕਟ ਤੇ ਜਿੱਤ ਗਏ, ਪਰ ਵਰਕਰ ਜਿਹੜਾ ਜਿਵੇਂ ਕਿਹਾ ਜਾਂਦਾ ਕਿ ਵਰਕਰ ਤਾਂ ਥੱਲੇ ਜੀ ਉਹ ਚਾਹੁੰਦਾ ਹੀ ਨਹੀਂ ਕਿ ਕਾਂਗਰਸ ਤੇ ਆਪ ਦਾ ਗੱਠਜੋੜ ਹੋਵੇ, ਕੀ ਇਹ ਗੱਲ ਮਤਲਬ ਝੁਠਲਾਈ ਗਈ ਉੱਥੇ ਕਿ ਵਰਕਰ ਜਿਹੜੇ ਨੇ ਜਿਹੜੇ ਸੁਸ਼ੀਲ ਰਿੰਕੂ ਦੇ ਹਮਾਇਤੀ ਸੀਗੇ ਉਹ ਕਾਂਗਰਸ ਦੇ ਨਾਲ, ਉਹ ਵੀ ਨਾਲ ਹੀ ਤੁਰ ਪਏ ਆਮ ਆਦਮੀ ਪਾਰਟੀ ਨਾਲ? ਉਹਨਾਂ ਨੇ ਮਤਲਬ ਕਿ ਇੱਦਾਂ ਕਹਿ ਲਈਏ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਉਹਨਾਂ ਨੇ ਸਪੋਰਟ ਕੀਤੀ ਟਿਕਟ ਭਾਵੇਂ
ਭਾਵੇਂ ਕੋਈ ਵੀ ਹੁੰਦੀ ਉਹਨਾਂ ਕੋਲ। ਇਹ ਕੇਸ ਤਾਂ ਪਹਿਲਾਂ ਇਹ ਟੈਸਟ ਕੇਸ ਸੀਗਾ ਜੋਗਿੰਦਰ ਜੈਨ ਦਾ ਮੋਗੇ ਦੇ ਵਿੱਚ, ਕਿ ਉਹ ਇੱਕ ਪਾਸਿਓਂ ਖੜੇ ਹੋਏ ਤੇ ਦੂਜੇ ਪਾਸਿਓਂ ਉਹਨਾਂ ਨੂੰ ਹਰਾਇਆ, ਉਹਨਾਂ ਨੇ ਹਰਾ ਦਿੱਤਾ। ਫਿਰ ਉਹ ਦੂਜੀ ਉਸੇ ਪਾਰਟੀ ਜਿਹੜੀ ਦੇ ਖਿਲਾਫ ਲੜੇ ਸੀ ਉਹਦੇ ਵੱਲੋਂ ਖੜੇ ਹੋਏ ਅਕਾਲੀ ਦਲ ਵੱਲੋਂ, ਫਿਰ ਉਹਨਾਂ ਨੇ ਦੂਜਿਆਂ ਨੂੰ ਹਰਾ ਦਿੱਤਾ। ਸੋ ਇਹ ਲੋਕਲ ਜਿਹੜੇ ਮਤਲਬ ਹੁੰਦੇ ਨੇ, ਜਿਵੇਂ ਬੈਂਸ ਬ੍ਰਦਰਸ ਨੇ ਲੁਧਿਆਣੇ ਦੇ ਵਿੱਚ ਜਿਹਨਾਂ ਦਾ ਲੋਕਲ ਆਧਾਰ ਹੁੰਦਾ, ਉਹ ਮਤਲਬ ਉਹਨਾਂ ਕੋ ਆਪਣਾ ਉਹ ਚੱਕਵਾਂ ਚੁੱਲ੍ਹਾ ਲੈ ਕੇ ਕਿਸੇ ਪਾਰਟੀ 'ਚ ਜਾ ਸਕਦੇ ਹੁੰਦੇ ਨੇ ਅਤੇ ਉਹਨਾਂ ਕੋ ਨਾਲ ਪਾਰਟੀ ਦੀ ਸਪੋਰਟ ਮਿਲ ਜਾਵੇ ਜਿੱਤ ਜਾਂਦੇ ਨੇ। ਰਿੰਕੂ ਜੀ ਵੀ ਅਤੇ ਉੱਥੇ ਮਤਲਬ ਜਿਹੜਾ ਉਂਗਰਾਲ ਸੀਗਾ ਉਹਨਾਂ ਦਾ ਵੀ ਇੱਦਾਂ ਦਾ ਹੀ ਬੇਸ ਹੈ, ਅਤੇ ਕੁਛ ਕਾਂਗਰਸ ਦੀ ਆਪਣੀ ਜਿਹੜੀ ਫੁੱਟ ਸੀ ਉਹਦੇ ਵਿੱਚੋਂ ਵੀ ਉਹਨੇ ਵੀ ਰੋਲ ਪਲੇ ਕੀਤਾ ਇਸ ਗੱਲ ਦਾ। ਬਿਲਕੁਲ, ਤੇ ਕੀ ਇਹ ਆਪ ਤੇ ਗੱਠਜੋੜ ਜਾਂ ਜਿਵੇਂ ਵੀ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਜਾਣਾ ਆ, ਉੱਧਰ ਨਵਜੋਤ ਸਿੱਧੂ ਜਿਵੇਂ ਬਠਿੰਡੇ ਵਾਲੀ ਰੈਲੀ ਕਰ ਰਹੇ ਨੇ, ਉੱਪਰੋਂ ਕਹਿੰਦੇ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੇ ਵੀ ਤਾੜਨਾ ਕੀਤੀ ਹੈ ਸਾਨੂੰ ਸਾਹਮਣੇ ਬਿਠਾ ਕੇ ਕਿ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਰੌਲੇ ਰੱਪਿਆ ਜਾਂ ਪਾਰਟੀ ਚ ਅਨੁਸ਼ਾਸਨਹੀਣਤਾ ਸਾਨੂੰ ਬਰਦਾਸ਼ਤ ਨਹੀਂ ਹੋਏਗੀ। ਤੇ ਜਿਵੇਂ ਨਵਜੋਤ ਸਿੱਧੂ ਜਾ ਕੇ ਆਪਣੇ ਪੁਰਾਣੇ ਜਿਹੜੇ ਘਾਗ ਨੇ ਕਾਂਗਰਸੀ ਉਹਨਾਂ ਦੇ ਘਰਾਂ ਚ ਜਾ ਕੇ ਜਾਂ ਜਿਹੜੇ ਹਾਸ਼ੀਏ ਤੇ ਚਲੇ ਗਏ ਕਈ ਕਈ ਵਾਰ ਦੇ MLA ਕਈ ਵਾਰ ਦੇ MP ਉਹਨਾਂ ਨੂੰ ਮਿਲ ਰਹੇ ਨੇ, ਕੀ ਇਹ ਪ੍ਰਭਾਵਿਤ ਕਰੇਗਾ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ? ਕਿਉਂਕਿ ਲੋਕ ਤਾਂ ਉਹੀ ਕਹਿਣਗੇ ਨਾ ਕਿ ਯਾਰ ਇਹ ਕਈ ਕਈ ਸਾਲ MLA ਰਹੇ, ਇਹਨਾਂ ਨੇ ਪੰਜਾਬ ਦਾ ਕੀ ਸੰਵਾਰਿਆ, ਜਾਂ ਲੋਕਾਂ ਦੇ ਕੋਲ ਤਾਂ ਉਹਨਾਂ ਦਾ ਪੂਰਾ ਬਾਇਓਡਾਟਾ ਹੋਣਾ ਕਿ ਇਹਨਾਂ ਨੇ ਰਲ ਕੇ ਕਿਵੇਂ ਪੰਜਾਬ ਨੂੰ ਲੁੱਟਿਆ, ਤੇ ਉਹਨਾਂ ਦੇ ਉਹਨਾਂ ਨੂੰ ਨਾਲ ਲੈ ਕੇ ਨਵਜੋਤ ਸਿੱਧੂ ਜਿਵੇਂ ਪੰਜਾਬ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੀ ਗੱਲ ਕਰਦੇ ਨੇ, ਕੀ ਇਹ ਸਿੱਕਾ ਉਹਨਾਂ ਦਾ ਚੱਲ ਸਕਦਾ ਪੰਜਾਬ ਦੇ ਵਿੱਚ ਇੱਦਾਂ? ਜਾਂ ਫਿਰ ਜਿਵੇਂ ਕਿ ਇਹ ਵੀ ਗੱਲ ਹੈ ਕਿ ਸਿੱਧੂ ਸਾਹਿਬ ਤਾਂ ਆਪ ਤੇ ਕਾਂਗਰਸ ਦੇ ਗੱਠਜੋੜ ਦੇ ਹੱਕ ਦੇ ਵਿੱਚ ਨੇ, ਤੇ ਉਸੇ ਵਿੱਚੋਂ ਉੱਠੀ ਹੋਈ ਮਤਲਬ ਕਿ ਪਰਿਭਾਸ਼ਾ ਕਿ ਜ਼ਰੂਰ ਜਾਣਾ ਚਾਹੀਦਾ ਇਕੱਠਿਆਂ? ਮੇਰੇ ਖਿਆਲ ਦੇ ਵਿੱਚ ਤਾਂ ਕੀ ਹੈ, ਜਿਹੜਾ ਕਾਂਗਰਸ ਦਾ ਆਮ ਵਰਕਰ ਹੈ ਉਹ ਨਿਰਾਸ਼ ਹੋਇਆ ਘਰੇ ਬੈਠਾ ਹੈ ਸਭ ਦੇ ਵਿੱਚ, ਕਿਉਂਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਉਹ ਖੁਦ ਹੀ ਇੱਕ ਦੂਜੇ ਦੇ ਨਾਲ ਕਾਟੋ ਕਲੇਸ਼ ਤੋਂ ਭਾਈ ਚੁਲਝੇ ਰਹੇ ਨੇ ਬੜਾ ਲੰਬਾ ਸਮਾਂ, ਤੇ ਕੁਛ ਜਿਹੜੀ ਲੀਡਰਸ਼ਿਪ ਦੇ ਕੁਛ ਹਿੱਸੇ ਨੇ ਜਿਹਨਾਂ ਦੇ ਉੱਪਰ ਸ਼ੰਕੇ ਖੜੇ ਕੀਤੇ ਜਾ ਰਹੇ ਨੇ ਕਿ ਜਿਹਨਾਂ ਦੀਆਂ ਬਿਜ਼ਨਸ ਦੀਆਂ ਮਜਬੂਰੀਆਂ ਨੇ, ਉਹ ਸਰਕਾਰ ਦੇ ਉਸ ਤਰ੍ਹਾਂ ਖਿਲਾਫ ਨਹੀਂ ਬੋਲ ਰਹੇ ਜਿਸ ਤਰ੍ਹਾਂ ਅਪੋਜੀਸ਼ਨ ਨੂੰ ਬੋਲਣਾ ਚਾਹੀਦਾ। ਹੁਣ ਇਕੱਲੇ ਹੀ ਟੈਸਟ ਕੇਸ ਹੋਇਆ, ਮਤਲਬ ਸੁਖਪਾਲ ਖਹਿਰੇ ਦੀ ਇੱਕ ਪਾਸਿਓਂ ਜ਼ਮਾਨਤ ਹੋ ਗਈ, ਦੂਜੇ ਪਾਸੇ ਉਹਦੇ 'ਤੇ ਕੇਸ ਦਰਜ ਹੋ ਗਿਆ, ਪਰ ਅੰਦਰ ਬੈਠੇ ਤੇ ਹੀ ਕੇਸ ਦਰਜ ਹੋ ਗਿਆ, ਉਹਨੂੰ ਫੜ ਕੇ ਉੱਥੇ ਲੈ ਗਏ। ਇਹਦੇ ਲਈ ਕਾਂਗਰਸ ਨੇ ਟਵੀਟ ਟਵੂਟ ਕਰਨ ਤੋਂ ਇਲਾਵਾ, ਮਾੜਾ ਮੋਟਾ ਐਵੇਂ ਹੀ ਹਾਦਾ ਨਾਰਾ ਮਾਰਨ ਤੋਂ ਇਲਾਵਾ ਕੁਛ ਨਹੀਂ ਕੀਤਾ। ਜਿਹੜੀ ਲੀਡਰਸ਼ਿਪ ਹੈ ਉਹਨੇ ਕੱਖ ਨਹੀਂ ਕੀਤਾ, ਉਹ ਇਸ ਗੱਲ 'ਤੇ ਕੈਸ਼ ਕਰ ਰਹੇ ਨੇ ਨਵਜੋਤ ਸਿੱਧੂ ਕਿ ਭਾਈ ਮਤਲਬ ਜਿੱਥੇ ਮਾਰ ਪੈ ਰਹੀ ਹੈ ਵਰਕਰਾਂ ਨੂੰ, ਜਿੱਥੇ ਆਈਸੋਲੇਟ ਹੋਏ ਬੈਠੇ ਨੇ, ਘਰੀ ਨਿਰਾਸ਼ ਹੋਏ ਬੈਠੇ, ਉਹਨਾਂ ਕੋਲ ਕੌਣ ਜਾਊ ਉਹਨਾਂ ਦੀ ਸਾਰ ਲੈਣ? ਉਹ ਇਸ ਗੱਲ ਦੇ ਉੱਪਰ ਲੱਗੇ ਹੋਏ ਨੇ। ਪਰ ਇਹ ਮੇਰਾ ਖਿਆਲ ਇਹ ਕੋਈ ਇਨਡਿਸਿਪਲਿਨ ਨਹੀਂ ਹੈ, ਜੇ ਇਸ ਗੱਲ ਤੋਂ ਵੀ ਰੋਕਿਆ ਜਾਊਗਾ ਤਾਂ ਮੇਰਾ ਖਿਆਲ ਇਹ ਵੀ ਉਹਨਾਂ ਪਾਰਟੀ 'ਚ ਫਿਰ ਥਾਂ ਕੋਈ ਨਹੀਂ, ਉਹਨਾਂ ਨੂੰ ਸੋਚਣਾ ਪਊਗਾ ਕਿ ਉਹਨਾਂ ਨੇ ਰਹਿਣਾ ਹੈ ਕਿ ਨਹੀਂ ਰਹਿਣਾ। ਦੂਜੀ ਚੀਜ਼ ਇਹ ਹੈ ਕਿ ਸਾਰਿਆਂ ਨੂੰ ਇਹ ਤਾਂ ਦੇਖੋ, ਜਿਹੜਾ ਇੰਚਾਰਜ ਹੈ ਕੋਈ ਵੀ ਹੋਵੇ, ਤੁਸੀਂ ਵੀ ਹੋਵੋ, ਤਾਂ ਉਹਦੀ ਡਿਊਟੀ ਬਣਦੀ ਹੁੰਦੀ ਹੈ ਕਿ ਭਾਈ ਡਿਸਿਪਲਿਨ ਰੱਖੋ, ਏਕਤਾ ਰੱਖੋ, ਜੇ ਕਰੋ, ਜਿਵੇਂ ਸਾਰੇ ਧਰਮ ਕਹਿੰਦੇ ਨੇ ਸਦਾ ਸੱਚ ਬੋਲੋ, ਇਹ ਤੋਂ ਬਾਅਦ ਹੀ ਝੂਠ ਬੋਲਿਆ ਸ਼ੁਰੂ ਹੁੰਦਾ ਹੁੰਦਾ। ਸੋ ਉਹ ਤਾਂ ਉੱਦਾਂ ਦੀ ਗੱਲ ਹੈ, ਮੇਰਾ ਨਹੀਂ ਖਿਆਲ ਕਿ ਉਹਦਾ ਬਹੁਤ ਅਸਰ ਹੋਊਗਾ ਉਹ ਗੱਲ ਦਾ, ਜਿੰਨੀ ਦੇਰ ਬੈਠ ਕੇ ਇਹ ਨਿਤਾਰਦੇ ਨਹੀਂ ਕਿ ਆਖਰ ਮਤਭੇਦ ਕੀ ਨੇ, ਰੌਲਾ ਕੀ ਹੈ, ਪਰ ਉਹ ਕਿਵੇਂ ਹੱਲ ਹੋ ਸਕਦਾ, ਇੱਦਾਂ ਮੇਰਾ ਖਿਆਲ ਹੈ ਕੇਂਦਰੀ ਲੀਡਰਸ਼ਿਪ ਕੁਛ ਨਹੀਂ ਕਰ ਰਹੀ ਹੈ। ਸੋ ਇਸ ਕਰਕੇ ਇਹ ਸਿਲਸਿਲਾ ਜਾਰੀ ਰਹੂਗਾ। ਪੱਟੀ ਸਾਹਿਬ, ਜਿਵੇਂ BJP ਦੀ ਪੋਜੀਸ਼ਨ ਹੈ ਪੰਜਾਬ ਦੇ ਵਿੱਚ ਆਈਸੋਲੇਟ, ਤਾਂ ਕਹਿੰਦੇ ਕੈਪਟਨ ਸਾਹਿਬ ਵੀ ਉੱਥੇ ਜਾ ਕੇ ਹੋਏ ਬੈਠੇ ਨੇ, ਮਾੜਾ ਮੋਟਾ ਕਦੇ ਟਵੀਟ ਕਰ ਦਿੰਦੇ ਨੇ,
ਮਾੜੀ ਮੋਟੀ ਪਿੱਠ ਥਾਪੜ ਦਿੰਦੇ ਨੇ ਉੱਪਰਲੀ ਕੇਂਦਰੀ ਲੀਡਰਸ਼ਿਪ ਦੀ, ਮੋਦੀ ਸਾਹਿਬ ਦੀ ਪਿੱਠ ਥਾਪੜ ਦਿੱਤੀ, ਪਰ ਕੀ ਉਹ ਪੰਜਾਬ ਦੇ ਵਿੱਚ ਉਸ ਕਿਸਮ ਦੀ ਜਿਹੜੀ ਜ਼ਮੀਨ ਹੈ ਜਿਵੇਂ ਉਹ ਕਈ ਇੱਕ ਦੋ ਥਾਵਾਂ ਦੇ ਉੱਤੇ ਆਪਣੀ ਜਿਵੇਂ ਗੁਰਦਾਸਪੁਰ ਵਾਲੀ ਸੀਟ ਹੋ ਗਈ ਜਾਂ ਇੱਧਰਲੇ ਪਾਸੇ ਹੋ ਗਿਆ ਦੁਆਬੇ ਮਾਝੇ ਵਾਲੇ ਪਾਸੇ, ਮਾੜਾ ਮੋਟਾ ਕੋਸ਼ਿਸ਼ ਕਰਦੇ ਨੇ ਕਿ ਸਾਡੀ ਜਿਹੜੀ ਉਹ ਗਿਣਤੀ ਵਧੇ, ਜਿਵੇਂ ਜਾਖੜ ਸਾਹਿਬ ਨੇ ਵੀ ਕਿਹਾ ਕਿ 23 ਤੋਂ 117 ਤੇ ਜਾਣਾ ਤੇ ਸ਼ਾਇਦ 13 ਦੀਆਂ 13 ਦੇ ਉੱਤੇ ਵੀ ਕੋਈ ਉਸ ਕਿਸਮ ਦੇ ਨਾਲ ਇਹ ਇਕੱਲਿਆਂ ਚੱਲ ਕੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਨਗੇ, ਕੋਈ ਗੱਠਜੋੜ ਵਾਲੀ ਗੱਲ ਤਾਂ ਲੱਗਦੀ ਨਹੀਂ, ਪਰ ਪੰਜਾਬ ਦੇ ਵਿੱਚ ਕੀ ਇਹ ਉਹ ਆਧਾਰ ਬਣਾ ਸਕਣਗੇ ਜਿਹੜਾ ਆਧਾਰ ਜਿਵੇਂ ਗੁਰਦਾਸਪੁਰ ਵਾਲੀ ਸੀਟ ਤੇ ਆ ਜਾਂ ਹੋਰ ਸੀਟਾਂ ਤੇ ਇਹਨਾਂ ਦਾ ਬਣਦਾ ਆ ਲੋਕ ਸਭਾ ਦੇ ਵਿੱਚ ਖਾਸ ਕਰ? ਨਹੀਂ, ਉਹ ਮੁਸ਼ਕਿਲ ਹੈ ਜੀ। ਪਠਾਨਕੋਟ ਹੋਇਆ, ਗੁਰਦਾਸਪੁਰ ਹੋਇਆ, ਉੱਥੇ ਜਿਹੜੇ ਲੋਕਲ ਲੀਡਰਸ਼ਿਪ ਹੈ ਉਹਦਾ ਆਪਣਾ ਆਧਾਰ ਹੈਗਾ ਇਸ ਦੇ ਵਿੱਚ, ਉਹਦੇ ਕਰਕੇ ਉਹ ਉੱਥੇ ਬਚੇ ਹੋਏ ਨੇ। ਅੰਮ੍ਰਿਤਸਰ ਦੇ ਵਿੱਚ ਵੀ ਥੋੜ੍ਹਾ ਬਹੁਤ ਸੀਗਾ, ਅਤੇ ਕੁਛ ਮਲੋਟ ਵਾਲੀ ਸਾਈਡ ਕਹਿ ਲਓ, ਕੁਛ ਥਾਵਾਂ 'ਤੇ ਜਿੱਥੇ ਹਿੰਦੂ ਕਮਿਊਨਿਟੀ ਦਾ ਮਤਲਬ ਜ਼ੋਰ ਕਹਿ ਲਓ, ਤੁਸੀਂ ਮਿਨੋਰਟੀ ਕਮਿਊਨਿਟੀ ਦਾ ਕਹਿ ਲਓ, ਸੋ ਉੱਥੇ ਤਾਂ ਹੈ ਕਿਉਂਕਿ ਉੱਥੇ ਲੋਕਲ ਲੀਡਰ ਹੈਗੇ ਨੇ, ਉਹਨਾਂ ਦਾ ਲੋਕਲ ਤਾਣਾ ਬਾਣਾ ਹੈਗਾ ਉਨਾ ਕੁ, ਉਹ ਚਾਹੇ ਕਿਸੇ ਹੋਰ ਦੇ ਨਾਲ ਵੀ ਚਲੇ ਜਾਣ ਤਾਂ ਉਹਨਾਂ ਦਾ ਪ੍ਰਭਾਵ ਉਨਾ ਕੁ ਹੁੰਦਾ, ਪਰ ਉਹ ਤੋਂ ਅੱਗੇ ਮੇਰਾ ਖਿਆਲ ਵਧਣ ਦੀ ਸੰਭਾਵਨਾ ਘੱਟ ਲੱਗ ਰਹੀ ਹੈ, ਖਾਸ ਕਰਕੇ ਜਿਹੜੇ ਕਾਂਗਰਸ 'ਚੋਂ ਗਏ ਨੇ, ਮਤਲਬ ਅਮਰਿੰਦਰ ਸਿੰਘ ਜੀ ਹੋ ਗਏ, ਜਾਖੜ ਸਾਹਿਬ ਹੋ ਗਏ, ਸੋਢੀ ਸਾਹਿਬ ਹੋ ਗਏ, ਉਹਨਾਂ ਦਾ ਆਪਣਾ ਬੇਸ ਤਾਂ ਹੈ ਪਰ ਕਾਂਗਰਸ ਦਾ ਬਹੁਤ ਵੱਡਾ ਹਿੱਸਾ ਉਹਨਾਂ ਨਾਲ ਨਹੀਂ ਗਿਆ, ਇਸ ਕਰਕੇ ਇਹਦੀ ਸੰਭਾਵਨਾ ਘੱਟ ਲੱਗ ਰਹੀ ਹੈ ਕਿ ਉਹ ਮਤਲਬ ਇੱਦਾਂ ਕਰਨਗੇ। ਉਹਨਾਂ ਦਾ ਅਕਾਲੀਆਂ ਨਾਲ ਮਿਲ ਕੇ ਹੀ ਕੋਈ ਭਾਰ ਉਤਾਰਾ ਹੋ ਸਕਦਾ, ਅਦਰਵਾਈਜ਼ ਮੁਸ਼ਕਿਲ ਹੈ। ਇਹਨਾਂ ਇਹਨਾਂ ਦੀ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਬਾਕੀ ਕੋਈ ਹਿੰਦੂ ਬਹੁ ਗਿਣਤੀ ਵਾਲੀ ਸੀਟ ਦੇ ਉੱਤੇ ਕਿਉਂ ਨਹੀਂ ਆਧਾਰ ਬਣਦਾ, ਇਹਦਾ ਕੀ ਕਾਰਨ ਸਮਝਿਆ ਜਾਵੇ? ਜਿਵੇਂ ਲੁਧਿਆਣੇ ਦੀ ਵੀ ਕਈ ਵਾਰੀ ਗੱਲ ਕੀਤੀ ਜਾਂਦੀ ਹੈ ਕਿ ਰਵਨੀਤ ਬਿੱਟੂ ਉੱਥੋਂ ਜੇ ਜਿੱਤ ਜਾਂਦੇ ਨੇ ਪਹਿਲਾਂ ਕਿਤੋਂ, ਫਿਰ ਰਵਨੀਤ ਬਿੱਟੂ ਯਕਦਮ ਉੱਥੇ ਪਹੁੰਚ ਜਾਂਦੇ ਨੇ, ਇਸ ਕਿਸਮ ਦੇ ਨਾਲ ਹੋਰ ਬਾਕੀ ਸੀਟਾਂ ਤੇ ਕੀ, ਜਾਂ ਫਿਰ ਇਹ ਮਤਲਬ ਕਿ ਉਸ ਆਧਾਰ ਨੂੰ ਵਧਾਉਣ ਦੇ ਵਿੱਚ ਲੱਗੇ ਨੇ ਕਿ ਸ਼ਾਇਦ ਕੋਈ ਕੈਡਰ ਹੋਰ ਜਿਹੜਾ ਜਿਵੇਂ ਕਾਂਗਰਸ ਦਾ ਹੋ ਗਿਆ ਉਹ ਇਹਨਾਂ ਦੇ ਨਾਲ ਆ ਜਾਏ, ਜਾਂ ਅਕਾਲੀ ਦਲ ਦਾ ਹੋ ਗਿਆ ਉਹ ਇਹਨਾਂ ਦੇ ਨਾਲ ਆ ਜਾਏ, ਪਰ ਉਹ ਗੱਲ ਬਣਦੀ ਨਹੀਂ ਇਹਨਾਂ ਤੋਂ ਵੱਡੇ ਭਰਾ ਵਾਲੀ ਸਥਿਤੀ ਦੇ ਵਿੱਚ ਆਉਣ ਵਾਲੀ। ਦਰਅਸਲ ਇਹ ਹੈ ਕਿ ਦੇਖੋ, ਲੁਧਿਆਣੇ ਦੇ ਵਿੱਚ ਤਾਂ ਮਾਈਗ੍ਰੈਂਟ ਵੋਟ ਕਾਫੀ ਜ਼ਿਆਦਾ ਹੈ, ਉਹਦਾ ਇੱਕ ਹੋਰ ਇਸ ਤਰ੍ਹਾਂ ਦਾ ਆਪਣਾ ਹੀ ਡਿਫਰੈਂਟ ਹੈ ਪੰਜਾਬ ਦੇ ਕਲਚਰ ਤੋਂ ਹੀ। ਇਸੇ ਤਰ੍ਹਾਂ ਜਲੰਧਰ ਜਾਂ ਦੁਆਬੇ ਦੇ ਵਿੱਚ ਕਹਿ ਲਓ ਦਲਿਤ ਵੋਟ ਜ਼ਿਆਦਾ ਹੈ, ਉੱਥੇ ਉਹ ਮਤਲਬ ਉਹਨਾਂ ਦੀ ਲੀਡਰਸ਼ਿਪ ਓਨੀ ਕੁ ਹੈਗੀ ਹੈ। ਬੀਜੇਪੀ ਦੇ ਵਿੱਚ ਵੀ ਉਹਨਾਂ ਦੇ ਹੈਗੇ ਨੇ, ਸੋਮ ਪ੍ਰਕਾਸ਼ ਜੀ ਹੋਰ ਕਿੰਨੇ ਸਾਰੇ ਨੇ, ਉਹਨਾਂ ਦਾ ਇਹ ਫਾਇਦਾ ਉਠਾ ਲੈਂਦੇ ਨੇ। ਕੁਛ ਬੇਸਿਕ ਗੱਲ ਇਹ ਵੀ ਹੈ ਕਿ ਕਾਂਗਰਸ ਵੀ ਅਤੇ ਆਪਣੀ ਬੀਜੇਪੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਪੰਜਾਬ ਨੂੰ ਬੜਾ ਸੀਰੀਅਸਲੀ ਨਹੀਂ ਲੈਂਦੇ, ਉਹ ਓਨੀ ਕੀ ਤਵੱਜੋ ਦਿੰਦੇ ਨੇ, ਉਹਨਾਂ ਨੂੰ ਇਹ ਹੈ ਵੀ ਇੱਥੇ ਇਹੀ ਕੁਛ ਚੱਲਣਾ ਅਤੇ ਚੱਲੀ ਜਾਣ ਦਿਓ, ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਕਿਸੇ ਨੂੰ ਇੱਧਰੋਂ ਫੜ ਕੇ ਇੱਧਰ ਕਰ ਲਓ, ਇੱਧਰੋਂ ਇੱਧਰ ਕਰ ਲਓ। ਬਹੁਤ ਜ਼ਿਆਦਾ ਜਿਹੜੀ ਇਨਵੈਸਟਮੈਂਟ ਹੁੰਦੀ ਹੈ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਉਹਨਾਂ ਨੇ ਕਰੀ, ਇਕੱਲੀ ਇਕੱਲੀ ਮਾਈਕਰੋ ਲੈਵਲ ਦੇ ਉੱਪਰ ਹਰ ਬੰਦੇ ਦੇ ਨਾਲ ਇੱਦਾਂ ਨਹੀਂ ਹੈ, ਸੋ ਪੰਜਾਬ ਉਹਨਾਂ ਲਈ ਇੰਨਾ ਇੰਪੋਰਟੈਂਟ ਨਹੀਂ। 13 ਸੀਟਾਂ ਨੇ ਉਹ ਕਹਿੰਦੇ ਕੋਈ ਗੱਲ ਨਹੀਂ, ਲੋਕਲ ਜਿਹੜੀ ਵੀ ਚੱਲੋ ਵੀ ਸਰਕਾਰ ਉਹ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਹੈਂਡਲ ਕਰ ਲਾਂਗੇ ਜਿੱਦਾਂ ਵੀ ਕਰਨਾ ਹੋਇਆ। ਸੋ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ, ਚਲਾਉਂਦੀ ਤਾਂ ਬੀਜੇਪੀ ਉਹ ਸੀ, ਸੋ ਇਹ ਉਹਨਾਂ ਨੂੰ ਹੈ ਕਿ ਕੋਈ ਏਡੀ ਗੱਲ ਨਹੀਂ ਹੈ, ਸਰਕਾਰ ਹੋਰ ਤਰ੍ਹਾਂ ਚੱਲਣੀ ਹੈ, ਰਾਜ ਭਾਗ ਹੋਰ ਤਰ੍ਹਾਂ ਚੱਲਣਾ ਹੈ, ਇਲੈਕਸ਼ਨ ਜਿਹੜੀ ਵੋਟਿੰਗ ਹੈ ਉਹ ਹੋਰ ਤਰ੍ਹਾਂ ਹੋਣੀ। ਸੋ ਬੜੇ ਕਲੀਅਰ ਨੇ ਇਹਦੇ ਬਾਰੇ, ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਵੀ ਅਤੇ ਬੀਜੇਪੀ ਦੀ ਵੀ। ਬਿਲਕੁਲ, ਤੇ ਜਿਸ ਕਿਸਮ ਦੇ ਨਾਲ ਕੇਂਦਰੀ ਪੱਧਰ ਦੇ ਉੱਤੇ ਜਾਂ ਕਹਿ ਲਓ ਕਿ ਮੁਲਕਾਂ ਦੇ ਵਿਚਾਲੇ ਰਿਸ਼ਤਿਆਂ ਦੀ ਗੱਲ ਜਦੋਂ ਹੁੰਦੀ ਹੈ, ਕੈਨੇਡਾ ਨੂੰ ਇਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹਨਾਂ ਦੇ ਜਿਹੜੇ ਬੁਲਾਰੇ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ, ਉਹ ਲਗਾਤਾਰ ਇਸ ਗੱਲ ਨੂੰ ਲੈ ਕੇ ਬਿਆਨਬਾਜ਼ੀ ਜਿਵੇਂ ਹੁਣ ਫਿਰ ਆਈ ਆ ਕਿ ਜੀ ਕੈਨੇਡਾ ਦੇ ਵਿੱਚ ਭਾਰਤੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ,
ਇਸ ਕਿਸਮ ਦੀਆਂ ਗੱਲਾਂ ਜਾਂ ਉੱਥੇ ਮੰਦਰਾਂ ਦੇ ਉੱਤੇ ਹਮਲਾ ਹੋ ਰਿਹਾ, ਅਮੈਰੀਕਾ ਨੂੰ ਲੈ ਕੇ ਇੱਦਾਂ ਦੀ ਟਿੱਪਣੀ ਕੋਈ ਸਖ਼ਤ ਨਹੀਂ ਨਜ਼ਰ ਆਉਂਦੀ। ਇਹ ਸਮਝਿਆ ਜਾਵੇ ਕਿ ਜਿਵੇਂ ਕਹਿੰਦੇ ਗੁਜਰਾਤੀਆਂ ਦਾ ਬਹੁਤ ਵੱਡਾ ਪ੍ਰਭਾਵ ਹੈ ਅਮੈਰੀਕਾ ਦੇ ਵਿੱਚ ਬਿਜ਼ਨਸ ਦੇ ਵਿੱਚ ਉਹਨਾਂ ਦਾ ਜਾਂ ਹੋਰ ਤਰੀਕੇ ਦੇ ਨਾਲ, ਪਰ ਕੈਨੇਡਾ ਨੂੰ ਇਹ ਸਿਰਫ ਸਿੱਧੇ ਸਿੱਧੇ ਤੌਰ ਦੇ ਉੱਤੇ ਖਾਲਿਸਤਾਨੀ ਮੁਲਕ ਸਮਝਦੇ ਨੇ ਕਿ ਉੱਥੇ ਬੈਠੇ ਖਾਲਿਸਤਾਨੀਆਂ ਨੂੰ ਸ਼ਹਿ ਦਿੱਤੀ ਜਾਂਦੀ ਹੈ, ਜਾਂ ਇੱਦਾਂ ਕਹਿ ਲਈਏ ਅਸਿੱਧੇ ਢੰਗ ਦੇ ਨਾਲ ਪੰਜਾਬੀਆਂ ਜਾਂ ਸਿੱਖਾਂ ਦੇ ਉੱਤੇ ਅਟੈਕ ਕੀਤਾ ਜਾਂਦਾ, ਉਹ ਉਸ ਕਿਸਮ ਨਾਲ ਲੈਂਦੇ ਨੇ ਉੱਧਰ ਬੈਠੇ ਜਿਹੜੇ ਨੇ ਕੈਨੇਡੀਅਨ ਨੇ। ਕਿਸੇ ਹੱਦ ਤੱਕ ਠੀਕ ਹੈ, ਪਰ ਅਮਰੀਕਾ ਚ ਵੀ ਪੰਨੂ ਵਾਲਾ ਕੇਸ ਆਪਾਂ ਦੇਖ ਰਹੇ ਹਾਂ ਕਿ ਐਕਚੁਅਲੀ ਓਵਰਆਲ ਜਿਹੜਾ ਇਹ ਬਲੌਕ ਹੈ ਨਾ, ਜਿਹੜਾ ਪੰਜ ਮੁਲਕਾਂ ਵਾਲਾ, ਜਿਹੜਾ ਫਾਈਵ ਆਈਜ਼ ਕਹਿੰਦੇ ਨੇ, ਉਹ ਇੰਡੀਆ ਨੂੰ ਥੋੜ੍ਹੀ ਬਹੁਤ ਇਹਨਾਂ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦੇ ਨੇ ਡਿਪਲੋਮੈਟਿਕਲੀ। ਇੰਡੀਆ ਉਨਾ ਉਹਨਾਂ ਦੇ ਪ੍ਰਭਾਵ 'ਚ ਨਹੀਂ ਆ ਰਿਹਾ, ਇਹ ਆਪਾਂ G20 'ਚ ਵੀ ਦੇਖਿਆ। ਕੱਲ੍ਹ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੇ ਉਹ ਰਾਈਬਲ ਅਟੈਕ ਕਰ ਰਹੇ ਨੇ ਰੈੱਡ ਸੀ ਦੇ ਵਿੱਚ, ਉੱਥੇ ਵੀ ਇੰਡੀਆ ਨੇ ਕਿਹਾ ਕਿ ਅਸੀਂ ਤੁਹਾਡਾ ਪਾਰਟ ਨਹੀਂ ਬਣਾਂਗੇ। ਈਵਨ ਇੱਥੋਂ ਤੱਕ ਕਿ ਬ੍ਰਿਕਸ ਦੇ ਵਿੱਚੋਂ ਸਾਊਥ ਅਫਰੀਕਾ ਨੇ ਉਹਨਾਂ ਨੂੰ ਇੰਟਰਨੈਸ਼ਨਲ ਕੋਰਟ ਦੇ, ਕ੍ਰਿਮੀਨਲ ਕੋਰਟ ਦੇ ਸੱਦਣ ਦੀ ਗੱਲ ਕਰੀ। ਸੋ ਇੰਡੀਆ ਉਹਨਾਂ ਤੋਂ ਇੰਡੀਪੈਂਡੈਂਟ ਚੱਲ ਰਿਹਾ, ਵੈਸਟਰਨ ਕੰਟਰੀਜ਼ ਦੇ ਪ੍ਰਭਾਵ ਤੋਂ, ਅਮਰੀਕਾ ਤੋਂ ਵੀ ਅਤੇ ਕੈਨੇਡਾ ਤੋਂ ਵੀ। ਕੈਨੇਡਾ 'ਚ ਥੋੜ੍ਹਾ ਜਿਹਾ ਐਡੀਸ਼ਨਲ ਚੀਜ਼ ਇਹ ਹੋ ਗਈ ਹੈ ਕਿ ਗੈਂਗਿਜ਼ਮ ਵੱਧ ਗਿਆ ਪੰਜਾਬੀਆਂ ਦਾ, ਅਤੇ ਖਾਲਿਸਤਾਨੀ ਲਹਿਰ ਵੀ ਹੈ, ਔਰ ਏਜੰਸੀਆਂ ਦੀ ਵੀ ਦਖਲਅੰਦਾਜ਼ੀ ਜ਼ਿਆਦਾ। ਉਹਨੂੰ ਇਹ ਥੋੜ੍ਹਾ ਜਿੰਨਾ ਮੇਰਾ ਖਿਆਲ ਹੈ ਘੂਰ ਵੀ ਲੈਂਦੇ ਨੇ, ਅਮਰੀਕਾ ਨੂੰ ਘੂਰਨ ਦੀ ਪੁਜੀਸ਼ਨ 'ਚ ਨਹੀਂ ਹੈਗੇ। ਸੋ ਉੱਥੇ ਤੁਸੀਂ ਗੁਰਪ੍ਰੀਤ ਪੰਨੂ ਦੇ ਕੇਸ ਤੇ ਨਿੱਜਰ ਦੇ ਕੇਸ ਤੋਂ ਤੁਸੀਂ ਦੇਖ ਸਕਦੇ ਹੋ, ਉੱਥੇ ਕੋਪਰੇਟ ਕਰਨ ਲਈ ਤਿਆਰ ਨੇ, ਇੱਥੇ ਕੋਪਰੇਟ ਕਰਨ ਲਈ ਤਿਆਰ ਨਹੀਂ ਹਨ। ਕਿਉਂਕਿ ਇੱਥੇ ਗੁਜਰਾਤੀਆਂ ਦੀ ਬਜਾਏ ਪੰਜਾਬੀਆਂ ਦੀ ਕਹਿ ਲਓ, ਜਾਂ ਖਾਲਿਸਤਾਨੀਆਂ ਦੀ ਕਹਿ ਲਓ, ਸਿੱਖਾਂ ਦੀ ਕਹਿ ਲਓ, ਜਿਹੜਾ ਮਰਜ਼ੀ ਲਫ਼ਜ਼ ਵਰਤ ਲਓ, ਉਹਨਾਂ ਦੀ ਗਿਣਤੀ ਜ਼ਿਆਦਾ ਹੈ ਔਰ ਸਰਕਾਰ ਲਿਬਰਲ ਹੈ ਉਹਨਾਂ ਪ੍ਰਤੀ। ਉੱਥੇ ਇਹ ਫੈਕਟ ਹੈ। ਸੋ ਜਿਹੜਾ ਉਹ ਕਹਿ ਰਹੇ ਨੇ ਕਿ ਜੀ ਸਾਡੇ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇ ਬਿਜ਼ਨਸਮੈਨਾਂ ਨੂੰ, ਹੋਰ ਇਹ ਕਈ ਦਿਨਾਂ ਦਾ ਭਖਿਆ ਹੋਇਆ ਇਹ ਮਾਮਲਾ, ਪਰ ਇਹ ਗੱਲ ਠੀਕ ਵੀ ਹੈ, ਇਹਦੇ ਦੋ ਇਸ਼ਾਰੇ ਨੇ। ਇਹਦੇ ਨਾਲ ਪੰਜਾਬ ਗੌਰਮੈਂਟ 'ਤੇ ਵੀ ਅਟੈਕ ਹੁੰਦਾ ਹੈ, ਔਰ ਪੰਜਾਬ ਗੌਰਮੈਂਟ ਸਟ੍ਰੇਂਜਲੀ ਇਹ ਸਾਰੇ ਮਾਮਲੇ ਦੇ ਉੱਪਰ, ਜਦ ਤੋਂ ਸਟੂਡੈਂਟਾਂ ਦਾ ਉੱਠਿਆ, ਜੋ ਵੀ ਹੋਇਆ, ਪੰਜਾਬ ਗੌਰਮੈਂਟ ਨੇ ਐਸੀ ਚੁੱਪ ਵੱਟੀ ਹੋਈ ਹੈ। ਹਾਲਾਂਕਿ NRIs ਦੀ ਫੰਡਿੰਗ ਇਹਨਾਂ ਨੂੰ ਬਹੁਤ ਹੋਈ ਹੈ, NRIs ਦਾ ਪ੍ਰਭਾਵ ਇਹਨਾਂ ਦਾ ਬਹੁਤ ਸੀਗਾ। ਇੱਕ ਲਫ਼ਜ਼ ਨਾ ਹੀ ਆਮ ਆਦਮੀ ਦਾ ਸੁਪਰੀਮੋ ਮਤਲਬ ਕੇਜਰੀਵਾਲ, ਨਾ ਹੀ ਭਗਵੰਤ ਮਾਨ, ਇੱਕ ਲਫ਼ਜ਼ ਨਹੀਂ ਅੱਜ ਤੱਕ ਬੋਲੇ ਮਤਲਬ ਇਹਦੇ ਨਾਲ। ਹਾਲਾਂਕਿ ਪੰਜਾਬੀ ਘਰਾਂ ਦੇ ਵਿੱਚ ਜਦੋਂ ਪਹਿਲਾਂ ਵੀਜ਼ੇ ਬੰਦ ਹੋਏ ਨੇ, ਉਦੋਂ ਵੀ ਬਹੁਤ ਦਹਿਸ਼ਤ ਦਾ ਮਾਹੌਲ ਸੀ, ਸਹਿਮ ਦਾ ਮਾਹੌਲ ਸੀ, ਜਿਹਦੇ ਬੱਚੇ ਉੱਥੇ ਨੇ। ਵੈਸੇ ਕਹਿ ਰਹੇ ਨੇ ਕਿ ਗੋਰੇ ਇੱਥੇ ਨੌਕਰੀ ਕਰਨ ਆਇਆ ਕਰਨਗੇ, ਪਤਾ ਨਹੀਂ ਕਿਸ ਤਰ੍ਹਾਂ ਮਤਲਬ ਕਰਨਾ, ਪਰ ਇਹਨਾਂ ਨੂੰ ਚਾਹੀਦਾ ਕਿ ਇਹਨਾਂ ਦਾ ਵੱਡਾ ਬੇਸ ਹੈ ਉੱਥੇ, ਬਹੁਤ ਇਹਦੇ ਹਮਾਇਤੀ ਬੈਠੇ ਰਹੇ ਨੇ ਬਾਹਰ, ਪਰ ਅਜੇ ਵੀ ਬੈਠੇ ਨੇ ਬਹੁਤ ਸਾਰੇ, ਮਤਲਬ ਉਹਨਾਂ ਦੇ ਦੁੱਖ ਤਕਲੀਫ 'ਚ ਵੀ ਹਾਦਾ ਨਾਰਾ ਮਾਰਨਾ ਚਾਹੀਦਾ ਸੀ। ਅਤੇ ਕੇਂਦਰੀ ਸਰਕਾਰ ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਉਹ ਤਾਂ ਕਲੀਅਰ ਨੇ ਉਸ ਗੱਲ ਮਾਮਲੇ ਦੇ ਵਿੱਚ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਉਹ ਕੋਈ ਜਿੰਨੇ ਪਹਿਲਾਂ ਡਿਪਲੋਮੈਟਿਕ ਹੋਏ, ਮਤਲਬ ਆਉਣ ਵਾਲੇ ਦਿਨਾਂ 'ਚ ਵੀ ਕੋਈ ਬਹੁਤ ਚੰਗੀਆਂ ਖਬਰਾਂ ਦੀ ਆਸ ਨਹੀਂ ਹੈ, ਕਿਉਂਕਿ ਉਹ ਮੁਲਕ ਰੈਗੂਲਰਲੀ ਪ੍ਰੈਸ਼ਰਾਈਜ਼ ਕਰਦੇ ਨੇ, ਇੰਡੀਆ ਉਹਨੂੰ ਰਜਿਸਟ ਕਰ ਰਿਹਾ ਇੰਟਰਨੈਸ਼ਨਲੀ, ਇਸ ਕਰਕੇ ਇਹ ਕੰਟਰੋਵਰਸੀ ਚੱਲਦੀਆਂ ਰਹਿੰਦੀਆਂ। ਬਿਲਕੁਲ ਬਿਲਕੁਲ, ਇਹ ਵੀ ਹੋ ਸਕਦਾ ਨਾ ਆਪ ਵਾਲੇ ਆਮ ਆਦਮੀ ਪਾਰਟੀ ਤਾੜਾ ਬੋਲਦੀ ਹੋਵੇ, ਕਿਉਂਕਿ ਦੇਸ਼ ਭਗਤੀ ਦਾ ਮਾਮਲਾ ਹੈ, ਇਹਨਾਂ ਨੂੰ ਲੱਗੇਗਾ ਕਿ ਸਾਡੇ ਤੇ ਨਾ ਇਲਜ਼ਾਮ ਉੱਠ ਜਾਣ, ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਵੀ ਗੱਲ ਹੈ ਕਿ ਤੁਸੀਂ ਜੀ, ਉਹਨਾਂ ਨੇ ਕਹਿਣਾ ਇਹ ਤਾਂ ਜੀ ਖਾਲਿਸਤਾਨੀਆਂ ਨੂੰ ਸਪੋਰਟ ਕਰਦੇ ਨੇ ਉਹ, ਜਿਵੇਂ ਪਹਿਲਾਂ ਇਲਜ਼ਾਮ ਉਦੋਂ ਜਦੋਂ ਪੰਜਾਬ 'ਚ ਨਵੇਂ ਨਵੇਂ ਆਏ ਸੀ ਉਦੋਂ ਵੀ ਬੜੇ ਇਹਨਾਂ ਤੇ ਲੱਗੇ ਸੀ। ਖੈਰ ਆਖਰੀ ਸਵਾਲ ਲੈਂਦੇ ਹਾਂ, ਤੁਸੀਂ ਦੇਖਿਆ ਹੋਣਾ ਪ੍ਰਧਾਨ ਮੰਤਰੀ ਸਾਹਿਬ 2024 ਦੀ ਇਲੈਕਸ਼ਨ ਨੂੰ ਲੈ ਕੇ ਕਾਫੀ ਐਕਟਿਵ ਨੇ, ਰਾਮ ਮੰਦਿਰ ਦੇ ਨਾਲ ਨਾਲ ਮੈਂ ਲੀਡਰਾਂ ਦੇ ਵਿੱਚ ਇੱਕ ਹੋੜ ਵੀ ਵੇਖਦਾ, ਤਕਰੀਬਨ ਸਾਰੀਆਂ ਪਾਰਟੀਆਂ 'ਚ ਹੁੰਦਾ, ਜਿਵੇਂ ਰਾਹੁਲ ਗਾਂਧੀ ਭਾਰਤ ਜੋੜੋ ਨਿਆਂ ਯਾਤਰਾ ਲੈ ਕੇ ਤੁਰ ਰਹੇ ਕਿ ਇੱਕ ਯੰਗ ਆਪਣੇ ਆਪ ਨੂੰ ਦਿਖਾਉਣਾ ਕਿ ਜੀ ਮੈਂ ਤੇ ਬਹੁਤ ਹਲੇ ਜਵਾਨ ਹਾਂ, ਹਲੇ ਤਾਂ ਸਿਆਸਤ ਬਹੁਤ ਹੰਢਾਉਣੀ ਹੈ। ਪ੍ਰਧਾਨ ਮੰਤਰੀ ਸਾਹਿਬ ਵੀ ਉੱਧਰ ਲਕਸ਼ਦੀਪ ਵਾਲੇ ਪਾਸੇ ਗਏ, ਸਮੁੰਦਰ ਦੇ ਵਿੱਚ ਉਹਨਾਂ ਨੇ ਤੈਰਾਕੀ ਕੀਤੀ, ਤਹਿ ਤੱਕ ਗਏ, ਉੱਥੇ ਮੱਛੀਆਂ ਦੀਆਂ ਫੋਟੋਆਂ ਪਾਈਆਂ ਜਾਂ ਹੋਰ ਜਿਹੜੇ ਸਮੁੰਦਰੀ ਜੀਵਾਂ ਦੀਆਂ ਪਾਈਆਂ, ਉੱਥੇ ਬੈਠੇ ਨਾਲ ਸਮੁੰਦਰ ਦੇ ਕੰਢੇ ਬੈਠੇ, ਉੱਥੇ ਆਨੰਦ ਮਾਣਿਆ।
ਇਹ ਮਤਲਬ ਕਿ ਕੀ ਮਤਲਬ ਭਾਰਤੀ ਜਿਹੜੇ ਲੋਕ ਨੇ ਉਹਨਾਂ ਦੀ ਮਾਨਸਿਕਤਾ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਂ ਹਜੇ ਤਾਂ ਬਹੁਤ ਪਾਰੀਆਂ ਖੇਲ ਰਹੀਆਂ ਮੋਦੀ ਸਾਹਿਬ ਨੇ 2024 ਦੇ ਨਾਲ ਨਾਲ, ਜਿਵੇਂ ਉਹ ਵਲਾਦੀਮੀਰ ਪੁਤਿਨ ਨੂੰ ਮੈਂ ਵੇਖਦਾ ਹੁੰਦਾ ਰੂਸ ਵਾਲਿਆਂ ਨੂੰ, ਉਹ ਵੀ ਕਦੇ ਘੋੜ ਸਵਾਰੀ ਕਰਦੇ ਨੇ, ਆਪਣੇ ਆਪ ਨੂੰ ਬਹੁਤ ਯੰਗ ਸ਼ੋਅ ਕੀਤਾ ਜਾਂਦਾ, ਹੈਗੇ ਵੀ ਨੇ ਉਹ। ਇਹ ਨਾਰਥ ਕੋਰੀਆ ਵਾਲੇ ਵੀ ਕਰਦੇ ਨੇ, ਬੇਸਿਕਲੀ ਜਿਹੜੇ ਅਥੋਰਿਟੇਰੀਅਨ ਲੀਡਰ ਹੁੰਦੇ ਨੇ ਨਾ ਸਾਰੇ ਦੇ ਸਾਰੇ, ਇਹਨਾਂ ਦਾ ਇੱਕ ਬਿਮਾਰੀ, ਉਹਨੂੰ ਕਹਿੰਦੇ ਨੇ ਨਾਰਸਿਜ਼ਮ। ਨਾਰਸਿਜ਼ਮ ਇਹ ਹੁੰਦਾ ਹੈ ਕਿ ਉਹ ਆਪਣੇ ਸ਼ੀਸ਼ੇ ਮੂਹਰੋਂ ਹਟਦੇ ਹੀ ਨਹੀਂ ਨਾ ਹੁੰਦੇ, ਬੱਚੇ ਜਦੋਂ ਜਵਾਨ ਹੁੰਦੇ ਨੇ ਮਤਲਬ 15-16 ਸਾਲ ਦੇ, ਇਹ ਉਹਨੂੰ ਉਹ ਨਾਰਸਿਜ਼ਮ ਹੁੰਦਾ ਕਿ ਆਪਣੀ ਹੀ ਸ਼ਕਲ ਦੇਖਣੀ ਚਾਹੁੰਦੇ ਨੇ ਹਰ ਚੀਜ਼ ਦੇ ਵਿੱਚ, ਤੇ ਜਿਹੜੇ ਗੁਣ ਲੋਕਾਂ ਨੂੰ ਚੰਗੇ ਲੱਗਦੇ ਨੇ ਉਹ ਦਿਖਾਉਣਾ ਚਾਹੁੰਦੇ ਨੇ ਮੇਰੇ ਚੋਂ ਸਾਰੇ ਨੇ, ਮੈਂ ਯੋਧਾ ਵੀ ਹਾਂ, ਮੈਂ ਦਲੇਰ ਵੀ ਹਾਂ, ਮੈਂ ਸ਼ੇਰ ਵੀ ਹਾਂ, ਮੈਂ ਫਲਾਣਾ ਵੀ ਹਾਂ, ਕਿਉਂਕਿ ਅੰਦਰ ਇਨਸਿਕਿਉਰਿਟੀ ਬਹੁਤ ਜ਼ਿਆਦਾ ਹੈ। ਇਹ ਨਹੀਂ ਪਤਾ ਲੱਗਦਾ ਵੀ ਕਿੱਦਣ ਪਲਟੀ ਮਾਰ ਕੇ ਕਿਸੇ ਨੇ ਪਟਕਾ ਕੇ ਮਾਰਨਾ ਹੈ, ਇਸ ਕਰਕੇ ਉਹ ਇਮੇਜ ਨੂੰ ਵਾਰ ਵਾਰ ਮੇਨਟੇਨ ਕਰਨਾ। ਔਰ ਜਿਹੜੇ ਇਮੇਜ ਕੰਸਲਟੈਂਟ ਨੇ ਉਹ ਵਾਰ ਵਾਰ ਦੱਸਦੇ ਨੇ ਕਿ ਜੀ ਇੱਥੇ ਧੋਤੀ ਪਾ ਕੇ ਜਾਓ, ਇੱਥੇ ਹੁਣ ਤੁਸੀਂ ਸਮੁੰਦਰੀ ਬੀਚ 'ਤੇ ਬੋਤਲਾਂ ਚੱਕ ਕੇ ਦਿਖਾਓ, ਉਹ ਅਸਲ ਦੇ ਵਿੱਚ ਸੈਂਟਰ ਜਿਹੜੀ ਮਤਲਬ ਹੈਗੀ ਹੈ ਨਾ ਆਰਕ ਲਾਈਟ, ਉਹਦੇ ਵਿੱਚ ਰਹਿਣਾ ਚਾਹੁੰਦੇ ਨੇ ਅਸਲ ਦੇ ਵਿੱਚ। ਸੋ ਉਹ ਸਾਰਿਆਂ 'ਚ ਨਜ਼ਰ ਆ ਰਿਹਾ, ਆਪਣੇ 750 ਕਰੋੜ ਖਰਚ ਰਹੇ ਨੇ ਪੰਜਾਬ ਵਾਲੇ ਤੁਸੀਂ ਦੇਖੋ, ਤੇ ਮੋਦੀ ਸਾਹਿਬ ਦਾ ਤਾਂ ਖੈਰ ਚਲੋ ਕਹਿਣਾ ਹੀ ਕੀ ਹੈ, ਉਹਨਾਂ ਨੇ ਤਾਂ ਮੇਰਾ ਖਿਆਲ ਕੋਈ ਕੱਪੜਾ ਛੱਡਿਆ ਹੀ ਨਹੀਂ ਕਿਸੇ ਸਟੇਟ ਦਾ, ਵੀ ਜਿਹੜੀ ਵਰਦੀ ਨਾ ਪਾਈ ਹੋਵੇ, ਸਿਰਫ ਪਠਾਣਾ ਵਾਲੀ ਰਹਿ ਗਈ ਹੈ ਸਲਵਾਰ ਪਾਉਣ ਤੋਂ, ਉਹ ਵੀ ਪਾ ਲੈਣਗੇ। ਸੋ ਇਹ ਹੈ ਕਿ ਇਹ ਇੱਕ ਬਿਮਾਰੀ ਹੈ, ਇਹਨੂੰ ਇਹ ਸਮਝ ਕੇ ਚੱਲਣਾ ਚਾਹੀਦਾ, ਮਾਨਸਿਕ ਬਿਮਾਰੀ ਹੈ ਕਿ ਮੈਂ ਹੀ ਮੈਂ ਦਿਖਾਂ, ਮੈਨੂੰ ਮੇਰੀ ਹੀ ਸ਼ਕਲ ਹੈ ਜਿਹੜੀ ਹਰ ਚੀਜ਼ ਦੇ ਵਿੱਚ ਨਜ਼ਰ ਆਵੇ। ਪਰ ਕਿੰਨਾ ਖਰਚਾ ਇਹਦੇ ਉੱਪਰ ਕੀਤਾ ਜਾਂਦਾ ਤੁਸੀਂ ਦੇਖੋਗੇ, ਜੇ ਪਾਰਟੀਆਂ ਦੇ ਬਜਟ ਦੇਖੋ ਤੁਸੀਂ, ਐਡਵਰਟਾਈਜਮੈਂਟ ਦੇ, ਸਰਕਾਰਾਂ ਦੇ ਦੇਖੋ, ਈਵਨ ਦਿੱਲੀ ਵਾਲੀ ਸਰਕਾਰ ਦਾ ਸੁਪਰੀਮ ਕੋਰਟ ਨੂੰ ਝਾੜ ਪਾਉਣੀ ਪਈ ਸੀਗੀ, ਉਹ ਕਹਿੰਦੇ ਤੁਸੀਂ ਮਤਲਬ ਡਿਵੈਲਪਮੈਂਟ ਦੇ ਉੱਪਰ ਖਰਚਾ ਕਰਨ ਦੀ ਬਜਾਏ ਐਡਵਰਟਾਈਜਮੈਂਟ 'ਤੇ ਜ਼ਿਆਦਾ ਖਰਚਾ ਕਰ ਰਹੇ ਹੋ ਤੁਸੀਂ। ਆਪਣੇ ਮੁਹੱਲਾ ਕਲੀਨਿਕਾਂ ਦੇ ਵਿੱਚ ਇੱਕ ਅਫਸਰ ਨੇ ਓਬਜੈਕਸ਼ਨ ਲਾਇਆ ਸੀ ਕਿ ਉਹਨਾਂ ਬਜਟ ਨਹੀਂ ਸਾਰੇ ਪ੍ਰੋਜੈਕਟ ਦਾ ਜਿੰਨਾ ਐਡਵਰਟਾਈਜਮੈਂਟ ਦਾ ਬਜਟ ਹੈ। ਸੋ ਇਹ ਸਾਰੇ ਆ ਬਿਮਾਰੀ, ਇਕੱਲੀ ਇੱਥੇ ਦੀ ਗੱਲ ਨਹੀਂ ਹੈ। ਈਵਨ ਤੁਹਾਡੇ ਟਰੰਪ ਦਾ ਟਵਿੱਟਰ ਸ਼ਵਿੱਟਰ ਜ਼ਿਆਦਾ ਸੋਸ਼ਲ ਮੀਡੀਆ ਆਇਆ, ਉਹਦੇ ਉੱਪਰ ਬਹੁਤ ਐਕਟਿਵ ਨੇ ਸਾਰੇ ਇੱਦਾਂ ਦੇ ਲੀਡਰ। ਇਹ ਅਥੋਰਿਟੇਰੀਅਨ ਪਰਸਨੈਲਿਟੀ ਦਾ ਇੱਕ ਕਹਿ ਲਓ ਗੁਣ ਕਹਿ ਲਓ, ਔਗਣ ਕਹਿ ਲਓ, ਬਿਮਾਰੀ ਕਹਿ ਲਓ, ਇਹ ਉਹ ਹੈ, ਰਿਫਲੈਕਟ ਹੋ ਰਹੀ ਹੈ, ਉਹ ਸਾਰਿਆਂ 'ਚ ਹੈ। ਮੋਦੀ ਸਾਹਿਬ ਖੈਰ ਥੋੜ੍ਹਾ ਜਿਹਾ ਉਹਦੇ 'ਚ ਨੇਚਰਲੀ, ਉਹ ਮਤਲਬ ਕਲਚਰ ਦਾ ਵੀ ਹਿੱਸਾ ਹੈਗਾ ਸਾਡੇ, ਕਿਉਂਕਿ ਬਹੁਤ ਸਾਰੀਆਂ ਸਟੇਟਾਂ ਨੇ, ਨਿਊਤਨ ਦਾ ਤਾਂ ਇੰਨਾ ਕੁ ਹੀ ਸਰ ਜਾਂਦਾ ਵੀ 2-3 ਜਨਾਨੀਆਂ ਨਾਲ ਫੋਟੋ ਖਿਚਾ ਲਈ, ਘੋੜੇ 'ਤੇ ਚੜ੍ਹ ਗਏ, ਜਾਂ ਕੋਈ ਬੱਕਰੀ ਫੜ ਲਈ, ਜਾਂ ਕੋਈ ਸ਼ੇਰ ਦਾ ਬੱਚਾ ਚੱਕ ਲਿਆ। ਇੱਥੇ ਵੀ ਅਸੀਂ ਚੀਤੇ ਲੈ ਕੇ ਆਏ ਸੀ, ਕਹਿੰਦੇ ਉਹ ਮਰ ਗਏ, ਪਤਾ ਨਹੀਂ ਕੀ ਹੋਇਆ ਉਹਨਾਂ ਦਾ। ਮਤਲਬ ਹਰ ਚੀਜ਼ ਨੂੰ ਈਵੈਂਟ ਬਣਾਉਣਾ, ਹਰ ਚੀਜ਼ ਦੇ ਵਿੱਚੋਂ ਆਪਣਾ ਇਮੇਜ ਬਿਲਡ ਕਰਨਾ, ਇਹ ਇੱਕ ਆਪਣੇ ਆਪ ਦੇ ਵਿੱਚ ਮਤਲਬ ਇਹ ਹੈ। ਇਹ ਦੌਰ ਹੁੰਦੇ ਨੇ, ਕਈ ਵਾਰੀ ਨਵਾਂ ਨਵਾਂ ਇਨਫੋਰਮੇਸ਼ਨ ਟੈਕਨੋਲੋਜੀ ਦਾ ਦੌਰ ਆਇਆ, ਕੈਮਰੇ ਨਵੇਂ ਆਏ ਨੇ, ਹਰ ਚੀਜ਼ ਦੇ ਵਿੱਚ ਮਤਲਬ ਮੈਂ ਹੀ ਮੈਂ, ਜਿਹੜਾ ਕਹਿੰਦੇ ਨੇ ਆਪਣੇ ਸੁਭਾਅ ਕੁਛ ਦਿਖਾਈ ਇਹਨਾਂ ਦੇ, ਮਤਲਬ ਉਹੀ ਗੱਲ ਹੈ ਅਸਲ ਦੇ ਵਿੱਚ। ਸੋ ਇਹਦੇ 'ਤੇ ਮੇਰਾ ਖਿਆਲ ਹਮਦਰਦੀ ਕਰਨੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ ਪ੍ਰਭੂ ਅੱਗੇ ਕਿ ਇਹਨਾਂ ਨੂੰ ਸਮਤ ਬਖਸ਼ੇ। ਇਹ ਤੋਂ ਵੱਡਾ ਇਹਨਾਂ ਨੂੰ ਕੀ ਰੱਬ ਦੇ ਦੂਗਾ, ਪਿਓਤਨ ਨੂੰ ਵੀ, ਉਹਨੂੰ ਕੋਰੀਆ ਵਾਲੇ ਨੂੰ ਵੀ, ਮੋਦੀ ਸਾਹਿਬ ਨੂੰ। ਇਹ ਤੋਂ ਗਾਹਾਂ ਤਾਂ ਹੁਣ ਮਤਲਬ ਉੱਪਰੇ ਹੀ ਹੈ ਨਾ, ਮਤਲਬ ਉੱਥੇ ਹੀ ਜਾਣਾ ਨਾ, ਉਹ ਤਾਂ ਧਰਮ ਰਾਏ ਜਦ ਲੇਖਾ ਮੰਗੇ ਲੇਖਾ ਹੀ ਦੇਣਾ ਅੱਗੇ ਤਾਂ। ਸੋ ਇਹਨਾਂ ਨੂੰ ਸਮਤ ਬਖਸ਼ੇ ਕਿ ਜਾਗਣ, ਇਸ ਨਿੰਦਰਾ ਤੋਂ ਉੱਠਣ, ਅਤੇ ਲੋਕਾਂ ਵੱਲ ਵੀ, ਉਹਨਾਂ ਦੀ ਤਕਲੀਫ ਵੱਲ ਵੀ, ਮਾੜੇ ਵੱਲ ਵੀ ਦੇਖਣ ਦੀ ਕੋਸ਼ਿਸ਼ ਕਰਨੀ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ। ਬਿਲਕੁਲ ਬਿਲਕੁਲ, ਲੋਕਾਂ ਨੂੰ ਵੀ ਜਿਹੜਾ ਜਾਗਰੂਕ ਹੋਣਾ ਪੈਣਾ, ਉਹ ਸਮਝਣ ਇਹਨਾਂ ਤਸਵੀਰਾਂ ਨੂੰ ਕਿ ਇਸਦੇ ਮਾਇਨੇ ਕੀ ਨੇ, ਕੋਈ ਆਪਣੇ ਪੱਲਿਓਂ ਦਾ ਕੁਝ ਹੋ ਨਹੀਂ ਰਿਹਾ, ਜਾਂ ਗਲੈਮਰ ਜਿਹੜੇ ਸਿਆਸਤਦਾਨ ਬਣਦੇ ਜਾ ਰਹੇ ਨੇ ਉਹ ਕੀ ਮੁਲਕ ਦਾ ਭਲਾ ਕਿਸ ਢੰਗ ਨਾਲ ਕਰਨਗੇ, ਉਹ ਜੋ ਆਪਣਾ ਹੀ ਚਿਹਰਾ ਚਮਕਾਉਣ ਦੇ ਵਾਲੇ ਪਾਸੇ ਤੁਰੇ ਹੋਏ ਨੇ, ਕੋਈ ਵੀ ਸਿਆਸੀ ਧਿਰ ਹੋਵੇ, ਵਿਚਾਰ ਕਮੈਂਟ ਜ਼ਰੂਰ ਕਰਿਓ, ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਨਹੀਂ ਜਾ ਸਕਦੇ ਹੋ। ਪੱਟੀ ਸਾਹਿਬ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਸੁਖਵਿੰਦਰ ਜੀ, ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।